ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਦੋਸਤ ਹਨੀ ਵਾਲੀਆ ਇੱਕ ਦਫ਼ਾ ਫਿਰ ਤੁਹਾਡੇ ਨਾਲ ਹਾਜ਼ਰ ਹਾਂ ਤੁਹਾਡਾ ਪਸੰਦੀਦਾ ਪ੍ਰੋਗਰਾਮ ਲੈ ਕੇ। ਹਰ ਵੀਰਵਾਰ ਨੂੰ ਤੁਹਾਨੂੰ ਪਤਾ ਹੈ ਕਿ ਸਾਡੇ ਨਾਲ ਹੋਪ ਇੰਸ਼ੋਰੈਂਸ ਤੋਂ ਹਰਜਿੰਦਰ ਹੈਰ ਜੀ ਜੁੜਦੇ ਨੇ, ਜਿਹੜੇ ਕਿ ਸਾਨੂੰ ਇੰਸ਼ੋਰੈਂਸ ਦੇ ਜਿਹੜੇ ਫੀਲਡ ਦੇ ਬਾਰੇ ਵਿੱਚ ਜਾਣਕਾਰੀ ਦਿੰਦੇ ਆ। ਤਾਂ ਹਰਜਿੰਦਰ ਭਾਅ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਵਾਲੀਆ ਸਾਹਿਬ, ਧੰਨਵਾਦ ਤੁਹਾਡਾ ਕਿ ਤੁਸੀਂ ਸਾਨੂੰ ਸਮੇਂ-ਸਮੇਂ ਤੇ ਰੂਬਰੂ ਕਰਦੇ ਰਹਿੰਦੇ ਆ ਇੰਸ਼ੋਰੈਂਸ ਦੇ ਪ੍ਰੋਡਕਟਸ ਬਾਰੇ, ਇੰਸ਼ੋਰੈਂਸ ਬਾਰੇ ਕਿ ਕਿਹੜੀਆਂ ਇੰਸ਼ੋਰੈਂਸ ਹੁੰਦੀਆਂ ਨੇ ਉਹਦੇ ਬਾਰੇ। ਧੰਨਵਾਦ ਤੁਹਾਡਾ ਕਿ ਤੁਸੀਂ ਸਾਨੂੰ ਲੋਕਾਂ ਦੇ ਨਾਲ ਸਾਨੂੰ ਸਾਡੇ ਭੈਣ ਭਰਾਵਾਂ ਨਾਲ ਕਰਦੇ ਹੋ ਜੀ। ਤਾਂ ਦੋਸਤੋ, ਅੱਜ ਆਪਾਂ ਗੱਲਬਾਤ, ਕਿਉਂਕਿ ਅਸੀਂ ਹਰ ਐਪੀਸੋਡ ਦੇ ਵਿੱਚ, ਕਿਉਂਕਿ ਤੁਹਾਨੂੰ ਜਾਣਕਾਰੀ ਦਿੰਦੇ ਹਾਂ ਕਿਸੇ ਨਾ ਕਿਸੇ ਪ੍ਰੋਡਕਟ ਦੇ ਉੱਤੇ, ਅਸੀਂ ਡਿਟੇਲ ਦੇ ਨਾਲ ਜਾਣਕਾਰੀ ਦਿੰਦੇ ਹਾਂ। ਅਦਰਵਾਈਜ਼ ਤੁਹਾਨੂੰ ਪਤਾ ਹੈ ਕਿ ਤੁਸੀਂ ਕਿਸੇ ਵੀ ਤਰ੍ਹਾਂ ਦੇ ਟੂਰਿਸਟ ਸੁਪਰ ਵੀਜ਼ਾ, ਵਿਜ਼ਟਰ ਵੀਜ਼ਾ, ਜਾਂ ਫਿਰ ਤੁਸੀਂ ਕੋਈ ਜੇਕਰ ਇੱਥੇ ਦੇ ਹੈਲਥ ਇੰਸ਼ੋਰੈਂਸ ਲੈਣੀ ਹੈ, ਕੋਈ ਲਾਈਫ ਇੰਸ਼ੋਰੈਂਸ ਲੈਣੀ ਹੈ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਲੈਣੀ ਹੈ, ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੇ ਬਾਰੇ ਵਿੱਚ ਤੁਸੀਂ ਜਾਣਕਾਰੀ ਲੈਣੀ ਹੈ, ਤੁਸੀਂ ਹੋਪ ਇੰਸ਼ੋਰੈਂਸ ਦੇ ਨਾਲ ਕੰਟੈਕਟ ਕੀਤਾ ਜਾ ਸਕਦਾ। ਅੱਜ ਆਪਾਂ ਗੱਲਬਾਤ ਕਰਾਂਗੇ, ਅੱਜ ਸਾਡੇ ਕੋਲ ਅੱਜ ਦਾ ਜਿਹੜਾ ਟੌਪਿਕ ਹੈਗਾ RESP RESP ਦੇ ਬਾਰੇ ਵਿੱਚ ਕਾਫੀ ਜਿਹੜੇ ਸਾਡੇ ਕੋਲ ਸਵਾਲ ਆਏ ਸੀਗੇ। ਮਨ ਦੇ ਵਿੱਚ ਸਵਾਲ ਜ਼ਰੂਰ ਹੁੰਦੇ ਨੇ ਵੀ ਕੋਈ ਚੀਜ਼ ਸਾਡੇ ਲਈ, ਕਿਸੇ ਦੇ ਲਈ ਨਵਾਂ ਹੁੰਦਾ, ਕਿਸੇ ਦੇ ਲਈ ਆਲਰੇਡੀ ਇਹ ਬੰਦੇ ਕੋਈ ਲੈ ਰਹੇ ਹੁੰਦੇ ਨੇ, ਲੇਕਿਨ ਉਹਨਾਂ ਦੇ ਵਿੱਚ ਮਨ ਦੇ ਵਿੱਚ ਇਹ ਵੀ ਸਵਾਲ ਹੁੰਦੇ ਨੇ ਵੀ ਇਹਨਾਂ ਨੂੰ ਪ੍ਰੋਪਰ ਅਸੀਂ ਕਿੱਦਾਂ ਜਿਹੜਾ ਹੈਗਾ ਯੂਜ਼ ਕੀਤਾ ਜਾਵੇ। ਤਾਂ ਉਹੀ ਆਪਾਂ ਸਾਰੇ ਸਵਾਲ ਹਰਜਿੰਦਰ ਜੀ ਤੋਂ ਪੁੱਛਾਂਗੇ। ਇਹੀ ਉਮੀਦ ਕਰਦਾ ਕਿ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਹੈਗਾ, ਤੁਸੀਂ ਡਾਇਰੈਕਟਲੀ ਵੀ ਇਹਨਾਂ ਤੋਂ ਕੰਟੈਕਟ ਕਰ ਸਕਦੇ। ਉਹਨਾਂ ਦਾ ਫੋਨ ਨੰਬਰ ਲਗਾਤਾਰ ਸਕਰੀਨ ਦੇ ਉੱਤੇ ਜਾ ਰਹੀ ਹੈ, 780-906-0000। ਇਸ ਤੋਂ ਇਲਾਵਾ ਤੁਸੀਂ ਸਾਨੂੰ ਨੀਚੇ ਕਮੈਂਟ ਕਰਕੇ ਵੀ, ਜਿਹੜੇ ਵੀ ਸਾਡੇ ਦਰਸ਼ਕ ਸ਼ੋਜ਼ ਦੇਖ ਰਹੇ ਨੇ, ਕਮੈਂਟ ਕਰਕੇ ਵੀ ਸਾਨੂੰ ਤੁਸੀਂ ਆਪਣਾ ਸਵਾਲ ਭੇਜ ਸਕਦੇ ਹੋ। ਤਾਂ ਹਰਜਿੰਦਰ ਜੀ, ਸਭ ਤੋਂ ਪਹਿਲਾਂ ਤਾਂ ਜਿਹੜਾ RESP ਹੈ, ਇਹ ਪ੍ਰੋਗਰਾਮ ਦੀ ਗੱਲ ਕਰੀਏ ਆਪਾਂ, ਇਹ ਹੈ ਕੀ ਇਹ ਗੌਰਮੈਂਟ ਦੇ ਪ੍ਰੋਗਰਾਮ ਹੈ ਨੇ, ਜਿਹੜੇ ਬੜੇ ਤਰ੍ਹਾਂ ਦੇ ਪ੍ਰੋਗਰਾਮ ਨੇ। RESP ਦਾ ਮਤਲਬ ਦੱਸੋ ਵੀ RESP ਕਿਸ ਪਰਪਜ਼ ਲਈ ਜਿਹੜਾ ਹੈਗਾ ਪ੍ਰੋਗਰਾਮ ਯੂਜ਼ ਕੀਤਾ ਜਾਂਦਾ। ਹਾਂਜੀ ਵਾਲੀਆ ਸਾਹਿਬ, ਸਭ ਤੋਂ ਪਹਿਲਾਂ ਤਾਂ ਮੈਂ ਦੱਸਣਾ ਚਾਹੁੰਦਾ ਕਿ ਜਿਹੜਾ RESP ਪ੍ਰੋਗਰਾਮ ਹੈ, ਰਜਿਸਟਰਡ ਐਜੂਕੇਸ਼ਨ ਸੇਵਿੰਗ ਪਲਾਨ, ਇਹਦਾ ਹੈਗਾ ਨਾਮ ਜੀ। ਜਦੋਂ ਕਿਸੇ ਵੀ ਪ੍ਰੋਗਰਾਮ, ਕਿਸੇ ਵੀ ਪਲਾਨ ਜਾਂ ਪ੍ਰੋਗਰਾਮ ਵਿੱਚ ਰਜਿਸਟਰਡ ਸ਼ਬਦ ਯੂਜ਼ ਹੁੰਦਾ ਹੈ ਤਾਂ ਉਹ ਗੌਰਮੈਂਟ ਵੱਲੋਂ ਹੁੰਦਾ ਹੈ। ਓਕੇ, ਠੀਕ ਹੈ ਜੀ। ਤਾਂ ਇਹ RESP ਜਿਹੜਾ ਗੌਰਮੈਂਟ ਨੇ ਕੁਝ ਸਾਲ ਪਹਿਲਾਂ ਇੱਕ ਬੱਚਿਆਂ ਦਾ ਇੱਕ ਸੇਵਿੰਗ ਜਿਹੜਾ ਪ੍ਰੋਗਰਾਮ ਸ਼ੁਰੂ ਕੀਤਾ ਸੀ ਕਿ ਤੁਸੀਂ ਬੱਚਿਆਂ ਦੇ ਲਈ ਸੇਵਿੰਗ ਕਿੱਦਾਂ ਕਰ ਸਕਦੇ ਆ, ਕਿਉਂਕਿ ਜਿਹੜੀ ਪੋਸਟ ਐਜੂਕੇਸ਼ਨ ਆ ਸਾਡੀ, ਗ੍ਰੈਜੂਏਸ਼ਨ ਆ ਜਿਹੜੀ ਸਾਡੀ ਬੱਚਿਆਂ ਦੀ, ਕਿ ਆਫਟਰ ਪਲੱਸ ਟੂ 12th ਗ੍ਰੇਡ ਤੋਂ ਬਾਅਦ ਜਿਹੜੀ ਐਜੂਕੇਸ਼ਨ ਆ ਉਹ ਟੂ ਕੋਸਟਲੀ ਹੈ, ਇੱਥੇ ਬਹੁਤ ਜ਼ਿਆਦਾ ਮਹਿੰਗੀ ਹੈ ਕੈਨੇਡਾ ਦੇ ਵਿੱਚ। ਤਾਂ ਉੱਥੇ ਜਾ ਕੇ ਸਾਨੂੰ ਇੱਕ ਪੈਸੇ ਦੀ ਜ਼ਰੂਰਤ ਹੁੰਦੀ ਹੈ, ਤਾਂ ਉਹਨੂੰ ਕਵਰ ਕਰਨ ਦੇ ਲਈ ਗੌਰਮੈਂਟ ਨੇ ਇੱਕ ਬੜਾ ਅੱਛਾ ਇਹ ਪ੍ਰੋਗਰਾਮ ਚਲਾਇਆ, ਜਿਹੜਾ ਬੱਚਿਆਂ ਦੇ ਲਈ ਇੱਕ ਸੇਵਿੰਗ ਪ੍ਰੋਗਰਾਮ ਆ ਜਿਹੜਾ। ਇਸ ਪਲਾਨ ਦੇ ਵਿੱਚ ਅਸੀਂ ਬੱਚਿਆਂ ਦਾ ਅਕਾਊਂਟ ਖੋਲ੍ਹ ਸਕਦੇ ਹਾਂ, ਅਤੇ ਇਹਨੂੰ ਅਸੀਂ RESP ਰਜਿਸਟਰਡ ਐਜੂਕੇਸ਼ਨ ਸੇਵਿੰਗ ਪਲਾਨ ਕਹਿੰਦੇ ਹਾਂ ਜੀ। ਇਹ ਬੱਚਿਆਂ ਦੇ ਲਈ ਹੀ ਮਤਲਬ ਕਿ ਕੀਤਾ ਜਾਂਦਾ, ਬੱਚੇ ਕਿਸੇ ਦੇ ਘਰ ਦੇ ਵਿੱਚ ਬੱਚੇ ਹੈਗੇ ਨੇ ਤਾਂ ਉਹਦੇ ਲਈ ਹੈ। ਇਹ ਕੀ ਮਤਲਬ ਕੀ ਪ੍ਰੋਸੈਸ ਕੀ ਹੁੰਦਾ, ਕੀ ਸਿਸਟਮ ਹੁੰਦਾ ਇਹਦਾ, ਕਿੱਦਾਂ ਵਰਕ ਕਰਦਾ ਇਹ RESP? ਹਾਂਜੀ ਹਾਂਜੀ, ਇਹਦੇ 'ਚ ਹਨੀ ਜੀ ਜਿਹੜਾ ਪ੍ਰੋਗਰਾਮ ਹੈ, ਇਹ ਬੱਚਿਆਂ ਦੇ ਲਈ ਹੀ ਪ੍ਰੋਗਰਾਮ ਡਿਜ਼ਾਇਨ ਕੀਤਾ ਗਿਆ, ਗੌਰਮੈਂਟ ਆਫ ਕੈਨੇਡਾ ਵੱਲੋਂ ਬੱਚਿਆਂ ਦੇ ਲਈ ਕੀਤਾ ਗਿਆ ਪ੍ਰੋਗਰਾਮ ਡਿਜ਼ਾਇਨ। ਬਟ ਇਹਦੇ ਵਿੱਚ ਜਿਹੜਾ ਬੰਦਾ PR ਜਾਂ ਸਿਟੀਜਨ ਆ, ਉਹਨਾਂ ਦੇ ਬੱਚੇ ਹੀ ਇਸ ਪ੍ਰੋਗਰਾਮ ਦਾ ਲਾਭ ਲੈ ਸਕਦੇ ਨੇ, ਵਰਕ ਪਰਮਿਟ 'ਤੇ ਜਾਂ ਕੋਈ ਹੋਰ ਨਹੀਂ ਇਹਦੇ ਵਿੱਚ ਲੈ ਸਕਦਾ ਇਸ ਦਾ ਲਾਭ, ਜਿਹੜਾ ਇਹ ਗੌਰਮੈਂਟ ਦਾ ਪ੍ਰੋਗਰਾਮ ਹੈ ਇਹਦੇ ਵਿੱਚ, ਜਾਂ PR ਜਾਂ ਸਿਟੀਜਨ ਜਿਹਨਾਂ ਦੇ ਬੱਚੇ ਨੇ, ਉਹ ਬੱਚੇ ਦਾ 0 ਤੋਂ, ਜਾਣੀ ਕਿ 1 ਦਿਨ ਦੇ ਬੱਚੇ ਤੋਂ ਸ਼ੁਰੂ ਕਰਕੇ ਅਸੀਂ ਪੈਦਾ ਹੋਣ ਤੋਂ ਇਹਦਾ ਅਕਾਊਂਟ ਖੁਲਾ ਸਕਦੇ ਹਾਂ। ਈਵਨ ਕਿ ਬੱਚੇ ਦੇ ਪੈਦਾ ਹੋਣ ਤੋਂ ਪਹਿਲਾਂ ਵੀ ਅਸੀਂ RESP ਦਾ ਜਿਹੜਾ ਅਕਾਊਂਟ ਆ ਓਪਨ ਕਰ ਸਕਦੇ ਹਾਂ ਫੋਰ ਸੇਵਿੰਗ। ਓਕੇ ਹਾਂਜੀ, ਹੁਣ ਇਹਦੇ ਬਾਰੇ ਮੈਂ ਦੱਸੂਗਾ ਕਿ ਕੰਮ ਕਿੱਦਾਂ ਕਰਦਾ ਇਹ ਜਿਹੜਾ RESP ਪ੍ਰੋਗਰਾਮ ਆ ਗੌਰਮੈਂਟ ਦਾ, ਜਿਹੜਾ ਇਹ ਸੇਵਿੰਗ ਪ੍ਰੋਗਰਾਮ ਆਪਾਂ ਪਹਿਲਾਂ ਗੱਲ ਕਰ ਰਹੇ ਕਿ ਸੇਵਿੰਗ ਦਾ ਇੱਕ ਪ੍ਰੋਗਰਾਮ ਹੈ। ਗੌਰਮੈਂਟ ਕਹਿੰਦੀ ਹੈ ਕਿ ਮੈਂ +2 ਤੱਕ, 12th ਤੱਕ, ਗ੍ਰੇਡ 12th ਤੱਕ ਮੈਂ ਤੁਹਾਨੂੰ ਫ੍ਰੀ ਐਜੂਕੇਸ਼ਨ ਦਿੰਦੀ ਹਾਂ ਇੱਥੇ ਬੱਚਿਆਂ ਨੂੰ। ਜੀ ਬਿਲਕੁਲ, ਮਤਲਬ ਇੰਡੀਆ ਦੀ ਤਰ੍ਹਾਂ ਨਹੀਂ, ਸਾਡੇ ਇੱਥੇ ਬੱਚਿਆਂ ਦੀ ਜਿਹੜੀ ਐਜੂਕੇਸ਼ਨ ਸਾਨੂੰ ਕੋਈ ਫ੍ਰੀ ਨਹੀਂ। ਹਾਂਜੀ, ਬਹੁਤ ਜ਼ਿਆਦਾ ਪਬਲਿਕ ਸਕੂਲਸ ਦੇ ਵਿੱਚ ਜਾਂਦੇ ਨੇ ਬੱਚੇ। ਬਿਲਕੁਲ ਜੀ, ਉਹਦੇ ਚ ਗੌਰਮੈਂਟ ਕਹਿੰਦੀ ਕਿ ਫ੍ਰੀ ਤੁਹਾਨੂੰ ਐਜੂਕੇਸ਼ਨ ਆ +2 ਤੱਕ, ਗ੍ਰੇਡ 12th ਤੱਕ। ਬਟ ਜਦੋਂ ਬੱਚਾ ਯੂਨੀਵਰਸਿਟੀ 'ਚ ਪੈਰ ਰੱਖਦਾ ਹੈ, ਹਾਇਰ ਐਜੂਕੇਸ਼ਨ ਦੇ ਲਈ ਜਾਂਦਾ ਹੈ, ਤਾਂ ਉਦੋਂ ਇੱਕ ਬੜਾ ਵੱਡਾ ਖਰਚਾ ਅਚਾਨਕ ਸਾਡੇ ਉੱਪਰ ਆ ਜਾਂਦਾ ਕਿ ਬੱਚੇ ਨੇ +2 ਫਿਨਿਸ਼ ਕੀਤੀ, ਅੱਗੇ ਉਹ ਬੱਚਾ ਜਾ ਰਿਹਾ ਜੀ ਪੋਸਟ ਗ੍ਰੈਜੂਏਸ਼ਨ ਦੇ ਲਈ। ਜੀ ਠੀਕ ਹੈ ਜੀ, ਅੱਗੇ ਹਾਇਰ ਲਈ ਕੋਈ ਬੱਚਾ ਗ੍ਰੈਜੂਏਸ਼ਨ ਲੈਵਲ ਦੇ ਲਈ, ਜਾਂ ਬੱਚਾ ਕੋਈ ਕਿਸੇ ਤਰ੍ਹਾਂ ਦੀ 2 ਸਾਲ ਦੀ, 3 ਸਾਲ ਦੀ, ਜਾਂ 4 ਸਾਲ ਦੀ ਕੋਈ ਡਿਗਰੀ, ਡਿਪਲੋਮਾ, ਕੋਈ ਉਹਦੀ ਜਿਹੜੀ ਚੋਇਸ ਆ, ਉਹਦੇ ਨਾਲ ਜਦੋਂ ਸ਼ੁਰੂ ਕਰਦਾ ਹੈ, ਉਦੋਂ ਜਾ ਕੇ ਗੌਰਮੈਂਟ ਸਾਨੂੰ ਕਿਸੇ ਤਰ੍ਹਾਂ ਦੀ ਕੋਈ ਮਦਦ ਨਹੀਂ ਕਰਦੀ। ਸਾਨੂੰ ਜਿਹੜੀ ਟੋਟਲ ਫੀਸ ਆ ਜਿਹੜੀ, ਉਹ ਸਾਨੂੰ ਆਪਣੀ ਪੋਕਟ 'ਚੋਂ ਪੇ ਕਰਨੀ ਪੈਂਦੀ ਆ। ਉਹਦੇ ਲਈ ਅਸੀਂ ਜਾਂ ਤਾਂ ਲੋਨ ਲੈਂਦੇ ਹਾਂ, ਗੌਰਮੈਂਟ ਦੇ ਇੱਕ ਲੋਨ ਪ੍ਰੋਗਰਾਮ ਹੁੰਦੇ ਨੇ ਉਹਦੇ 'ਚ ਦਿੰਦੇ, ਜਾਂ ਅਸੀਂ ਆਪਣੀ ਪੋਕਟ 'ਚੋਂ, ਜੇਬ 'ਚੋਂ ਦਿੰਦੇ ਹਾਂ। ਲੋਨ ਵੀ ਰਿਟਰਨ ਤਾਂ ਕਰਨੇ, ਉਹ ਵੀ ਰਿਟਰਨ ਲੋਨ ਵੀ
ਜਾਂਦੇ ਨੇ ਉਹ ਵਾਪਸ ਕਰਨੇ ਪੈਂਦੇ ਨੇ ਜੀ ਬਿਲਕੁਲ ਇਹਦੇ ਵਿੱਚ ਫਿਰ ਗਵਰਨਮੈਂਟ ਆਫ ਕੈਨੇਡਾ ਨੇ ਕੁਝ ਸਾਲ ਪਹਿਲਾਂ ਇਹ ਸੋਚਿਆ ਕਿ ਜਦੋਂ ਬੱਚੇ ਪਲੱਸ 2 ਤੋਂ ਬਾਅਦ ਜਾਂਦੇ ਨੇ ਬੱਚੇ ਸਟੱਡੀ ਲਈ ਹਾਇਰ ਸਟੱਡੀ ਲਈ ਉਦੋਂ ਜਾ ਕੇ ਮਾਂ ਪਿਓ ਨੂੰ ਪੇਰੈਂਟਸ ਨੂੰ ਬੜੀ ਵੱਡੀ ਇੱਕ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਕਿ ਅਚਾਨਕ ਹੀ ਸਾਨੂੰ ਏਡਾ ਵੱਡਾ ਖਰਚਾ ਆ ਜਾਂਦਾ ਜਿਹਦੇ ਲਈ ਅਸੀਂ ਪ੍ਰਿਪੇਅਰ ਨਹੀਂ ਹੁੰਦੇਗੇ ਰਾਈਟ ਕਿਉਂਕਿ ਇੱਥੇ ਥੋੜਾ ਜਿਹਾ ਚੱਲਣ ਹੈਗਾ ਵੀ ਸੇਵਿੰਗਸ ਦਾ ਜਿਵੇਂ ਅਸੀਂ ਬੈਕ ਕੰਟਰੀ ਦੀ ਗੱਲ ਕਰੀਏ ਉੱਥੇ ਸਾਨੂੰ ਆਦਤ ਹੈਗੀ ਵੀ ਅਸੀਂ ਸੇਵਿੰਗਸ ਕਰਕੇ ਰੱਖਦੇ ਹਾਂ ਬੱਚਿਆਂ ਲਈ ਕਰਦੇ ਇੱਥੇ ਕੀ ਹੈ ਕਿ ਬੰਦਾ ਕਮਾਉਂਦਾ ਖਰਚਦਾ ਕਮਾਉਂਦਾ ਖਰਚਦਾ ਤੇ ਸੇਵਿੰਗਸ ਦੇ ਉੱਤੇ ਘੱਟ ਧਿਆਨ ਦਿੱਤਾ ਸੇਵਿੰਗ ਦੇ ਉੱਤੇ ਧਿਆਨ ਘੱਟ ਦਿੱਤਾ ਜਾਂਦਾ ਲਾਸਟ ਟਾਈਮ ਵੀ ਆਪਾਂ ਗੱਲ ਕੀਤੀ ਸਾਡੇ ਖਰਚੇ ਉਨੇ ਹੀ ਜ਼ਿਆਦਾ ਹੁੰਦੇ ਨੇ ਜਿੰਨੀ ਸਾਡੀ ਕਮਾਈ ਹੁੰਦੀ ਹੈ ਸਾਡੇ ਖਰਚੇ ਵੱਧ ਜਾਂਦੇ ਵੀ ਜਾਂਦੇ ਨੇ ਕਈ ਉਦੋਂ ਫਿਰ ਕਈ ਵਾਰ ਮੈਂ ਇੱਥੇ ਪੇਰੈਂਟਸ ਇਦਾਂ ਦੇ ਦੇਖੇ ਨੇ ਜਿਹੜੇ ਥੋੜੀ ਜਿਹੀ ਇਹ ਟੈਨਸ਼ਨ ਦਾ ਵਿਸ਼ਾ ਹੋ ਜਾਂਦਾ ਕਿਉਂਕਿ ਬੱਚਾ ਪੜ੍ਹਨਾ ਚਾਹੁੰਦਾ ਅੱਗੇ ਪਰ ਸਾਨੂੰ ਇੱਕਦਮ ਬੱਚੇ ਨੇ ਕਹਿਤਾ ਕੱਢੋ ਜੀ ਸਾਨੂੰ ਮੈਂ ਐਡਮਿਸ਼ਨ ਕਰਾਉਣੀ ਕੱਢੋ $50,000 $10,000 ਹਾਂਜੀ ਡਿਪੈਂਡ ਕਰਦਾ ਹਾਂਜੀ ਉਹਦੇ ਵਿੱਚ ਫਿਰ ਜਦੋਂ ਬੱਚੇ ਦੀ ਆਰਈਐਸਪੀ ਖੋਲੀ ਹੋਵੇ ਤਾਂ ਉਹ ਸਾਨੂੰ ਬਹੁਤ ਹੈਲਪ ਕਰਦੀ ਆ ਹੁਣ ਉਹਦੇ ਵਿੱਚ ਕੀ ਕਰਦੀ ਹੈ ਗਵਰਨਮੈਂਟ ਕਹਿੰਦੀ ਕਿ ਤੁਸੀਂ ਇੱਕ ਸੇਵਿੰਗ ਅਕਾਊਂਟ ਖੋਲੋ ਬੱਚੇ ਦਾ ਉਹਦੇ ਵਿੱਚ ਪੈਸੇ ਜਮ੍ਹਾਂ ਕਰਾਓ ਜਿਵੇਂ ਅਸੀਂ ਬੈਂਕਾਂ ਦੇ ਵਿੱਚ ਖੋਲਦੇ ਹਾਂ ਓਕੇ ਠੀਕ ਹੈ ਜੀ ਬੱਚੇ ਦੇ ਨਾਮ ਤੇ ਅਕਾਊਂਟ ਹੁੰਦਾ ਗਵਰਨਮੈਂਟ ਕਹਿੰਦੀ ਤੁਸੀਂ ਉਹ ਅਕਾਊਂਟ ਦੇ ਵਿੱਚ ਤੁਸੀਂ ਬੱਚੇ ਦਾ ਹੁਣੇ ਤੋਂ ਪੈਸਾ ਜਮ੍ਹਾਂ ਕਰਨਾ ਸ਼ੁਰੂ ਕਰ ਦਿਓ ਜਦੋਂ ਬੱਚਾ ਗ੍ਰੇਡ 12 ਤੋਂ ਬਾਅਦ ਜਦੋਂ ਯੂਨੀਵਰਸਿਟੀ ਦੇ ਵਿੱਚ ਜਾਏਗਾ ਉਦੋਂ ਤੱਕ ਇਹ ਪੈਸਾ ਬਹੁਤ ਜੁੜ ਜਾਏਗਾ ਤਾਂ ਅਸੀਂ ਤੁਹਾਡੇ ਪੈਸੇ ਦੇ ਨਾਲ ਨਾਲ ਅਸੀਂ ਵੀ ਪੈਸਾ ਜਮ੍ਹਾਂ ਕਰਾਵਾਂਗੇ ਗਵਰਨਮੈਂਟ ਆਫ ਕੈਨੇਡਾ 20% ਤੱਕ 20% ਤੱਕ ਬੱਚੇ ਦਾ ਐਜ਼ ਏ ਗ੍ਰਾਂਟ ਪੈਸਾ ਜਮ੍ਹਾਂ ਕਰਦੀ ਹੈ ਜਿਵੇਂ ਅਸੀਂ$100 ਜਮ੍ਹਾਂ ਕਰਾਉਂਦੇ ਪਰ ਮੰਥ ਤਾਂ $20 ਗਵਰਨਮੈਂਟ ਦੇ ਹੋ ਗਏ ਵਿੱਚ ਓਕੇ ਜਿਹਨਾਂ ਤੁਸੀਂ ਜਮ੍ਹਾਂ ਕਰਵਾ ਰਹੇ ਹੋ ਉਹਦਾ 20% ਗਵਰਨਮੈਂਟ ਉਹਦੇ ਵਿੱਚ ਐਡ ਆਨ ਕਰਕੇ ਐਡ ਆਨ ਦਿੰਦੀ ਹੈ ਬਟ ਉਹਦੇ ਵਿੱਚ ਇੱਕ ਪੁਆਇੰਟ ਹੈ ਕਿ ਇਹਦੇ ਤੇ ਇੱਕ ਕੈਪ ਲਾਈ ਹੋਈ ਗਵਰਨਮੈਂਟ ਨੇ ਉਹ ਕਹਿੰਦੇ ਤੁਸੀਂ ਮੈਕਸੀਮਮ ਸਾਲ ਦਾ 2500 ਕਰ ਸਕਦੇ ਤੁਸੀਂ ਮਤਲਬ ਅਸੀਂ 2500 ਕਰਤਾ 520% ਦੇ ਹਿਸਾਬ ਨਾਲ ਗਵਰਨਮੈਂਟ ਪੇ ਕਰੂਗੀ ਤਾਂ ਉਹ ਬੱਚੇ ਨੂੰ ਫ੍ਰੀ ਗ੍ਰਾਂਟਸ ਹੁੰਦੀਆਂ ਨੇ ਤਾਂ ਟੋਟਲ ਜਿਹੜੀਆਂ ਗ੍ਰਾਂਟਸ ਗਵਰਨਮੈਂਟ ਵੱਲੋਂ ਬੱਚੇ ਨੂੰ 7200 ਤੱਕ ਦੀ ਜਿਹੜੀ ਗ੍ਰਾਂਟ ਆ ਬੱਚੇ ਨੂੰ ਫ੍ਰੀ ਆਫ ਕੋਸਟ ਮਿਲਦੀ ਆ ਐਵਰੀ ਈਅਰ $500 ਜਿਹੜਾ ਬੱਚੇ ਨੂੰ ਮਿਲਦਾ ਹੈ ਠੀਕ ਹੈ ਜੀ ਬਿਲਕੁਲ ਉਹ ਉਹਦੇ ਵਿੱਚ ਫਿਰ ਗਵਰਨਮੈਂਟ ਜਦੋਂ ਪੈਸਾ ਜਮ੍ਹਾਂ ਕਰਦੀ ਹੈ ਸਾਡਾ ਪੈਸਾ ਹੁੰਦਾ ਫਿਰ ਉਹਦੇ 'ਤੇ ਵਿਆਜ ਲੱਗਦਾ ਹੈ ਇਸ ਤਰੀਕੇ ਨਾਲ ਇਹ ਪੈਸਾ ਜਮ੍ਹਾਂ ਹੋ ਕੇ ਗਾਂ ਫਿਰ ਜਦੋਂ ਯੂਨੀਵਰਸਿਟੀ ਬੱਚਾ ਜਾਂਦਾ ਹੈ ਤਾਂ ਬਹੁਤ ਅੱਛੀ ਅਮਾਊਂਟ ਜਿਹੜੀ ਹੈ ਜੁੜ ਜਾਂਦੀ ਹੈ ਜਿਹੜੀ ਸਾਡੇ ਬੱਚੇ ਦੇ ਕੰਮ ਹੁੰਦੀ ਹੈ ਜੀ ਓਕੇ ਜਿਹੜਾ ਤੁਸੀਂ ਦੱਸਿਆ ਕਿ ਵੀ ਵਿਆਜ ਲੱਗਦਾ ਜਿਵੇਂ ਹੁਣ ਹੁੰਦਾ ਵੀ ਅਸੀਂ ਚਲੋ ਡਿਪੋਜ਼ਿਟ ਕਰ ਰਹੇ ਹਾਂ ਅਸੀਂ ਕੋਈ ਮੰਥਲੀ ਜਿਹੜੀ ਕੋਈ ਫਿਕਸ ਹੋ ਜਾਂਦਾ ਵੀ ਅਸੀਂ ਐਨੂਅਲੀ ਮੈਕਸੀਮਮ 2500 ਡਿਪੋਜ਼ਿਟ ਕਰ ਸਕਦੇ ਕੋਈ ਚਲੋ 100 ਕਰਦਾ ਕੋਈ 150 ਕਰਦਾ ਕੋਈ 50 ਕਰਦਾ ਉਹਦੇ ਵਿੱਚ ਉਹਨੂੰ ਜਿੰਨਾ ਉਹ ਬੱਚੇ ਦੇ ਲਈ ਡਿਪੋਜ਼ਿਟ ਕਰ ਰਿਹਾ ਇੱਕ ਤਾਂ ਗਵਰਨਮੈਂਟ ਉਹਨੂੰ 20% ਐਡ ਕਰ ਰਹੀ ਹੈ ਉਹਦੇ ਵਿੱਚ ਹਾਂਜੀ ਪਲੱਸ ਉਹਨੂੰ ਜਿੰਨਾ ਉਹ ਡਿਪੋਜ਼ਿਟ ਕਰ ਰਿਹਾ ਉਹਦਾ ਆਪ ਦੀ ਮਨੀ ਉਹਦੇ ਵਿੱਚ ਉਹਨੂੰ ਇੰਟਰਸਟ ਵੀ ਮਿਲ ਰਿਹਾ ਇੰਟਰਸਟ ਮਿਲ ਰਿਹਾ ਵਾ ਇਹਦੇ 'ਚ ਮੈਂ ਦੱਸਣਾ ਚਾਹੁੰਦਾ ਕਿ ਅਸੀਂ ਜਿਹੜਾ ਅਕਾਊਂਟ ਆ ਮਿਨੀਮਮ ਅਸੀਂ$25 ਤੋਂ $25 ਤੋਂ ਸ਼ੁਰੂ ਕਰ ਸਕਦੇ ਹਾਂ ਜ਼ਰੂਰੀ ਨਹੀਂ ਸੀ ਇਹ ਮੈਕਸੀਮਮ ਅਸੀਂ 210 ਤੱਕ 2500 ਦੇ ਹਿਸਾਬ ਨਾਲ ਬਣ ਗਿਆ ਪਰ ਮੰਨਦਾ 208 ਜਾਂ 210 ਅਸੀਂ ਜਮ੍ਹਾਂ ਕਰਾਉਂਦੇ ਹਾਂ ਮੈਕਸੀਮਮ ਇਹ ਜੀ ਪਰ ਤੁਸੀਂ $25 ਦੇ ਵਿੱਚ ਵੀ ਬੱਚੇ ਦਾ ਅਕਾਊਂਟ ਓਪਨ ਕਰ ਸਕਦੇ ਹਾਂ ਨਾਲ ਦੀ ਨਾਲ ਹੀ ਤੁਹਾਨੂੰ ਗਵਰਨਮੈਂਟ ਦੀ ਜਿਹੜੀ ਗ੍ਰਾਂਟ ਆ ਉਹ ਸ਼ੁਰੂ ਹੋ ਜਾਂਦੀ ਹੈ ਜੀ ਇਹਦੇ ਵਿੱਚ ਅਸੀਂ ਜਦੋਂ ਬੱਚੇ ਦੇ ਪੈਸੇ ਜਮ੍ਹਾਂ ਹੋ ਜਾਂਦੇ ਨੇ ਤਾਂ ਨਾਲ ਦੀ ਨਾਲ ਹੀ ਗਵਰਨਮੈਂਟ ਆਪਣੇ ਪੈਸੇ ਪਾਉਣੇ ਸ਼ੁਰੂ ਕਰ ਦਿੰਦੀ ਹੈ 20% ਵਾਲੇ ਜਿਹੜੇ ਹੁੰਦੇ ਆ ਤਾਂ ਅਸੀਂ ਹਰੇਕ ਮੰਥ ਪੈਂਦੇ ਨੇ ਜੀ ਜਿਵੇਂ ਸਪੋਜ਼ ਕਿਸੇ ਨੇ ਹੁਣ $100 ਪਾਇਆ ਇਸ ਮਹੀਨੇ ਹਾਂਜੀ ਤਾਂ ਉਹਨੂੰ $20 ਐਡ ਹੋ ਗਏ $120 ਐਨੂਅਲੀ ਪਾਏਗੀ ਮੰਥਲੀ ਪਾਏਗੀ ਗਵਰਨਮੈਂਟ ਵੀ ਐਨੂਅਲੀ ਪਾਉਂਦੀ ਹੈ ਗਵਰਨਮੈਂਟ ਐਨੂਅਲੀ ਗਵਰਨਮੈਂਟ ਤੇ ਇਦਾਂ ਹੁੰਦਾ ਕਿ ਸਾਲ ਦੇ ਵਿੱਚ ਤੁਸੀਂ 2500 ਜਮ੍ਹਾਂ ਕਰਾਇਆ ਤਾਂ ਉਹਦਾ ਮੈਕਸੀਮਮ 20% 500 ਉਹਨਾਂ ਨੇ ਜਮ੍ਹਾਂ ਕਰਾ ਦੇਣਾ ਰਾਈਟ ਵੇ ਰਾਈਟ ਵੇ ਤੁਹਾਡੇ ਕੋਲ ਜਮ੍ਹਾਂ ਹੋ ਜਾਣਾ ਤਾਂ ਇਹਦੇ ਵਿੱਚ ਇਦਾਂ ਹੁੰਦਾ ਕਿ ਕਈ ਵਾਰ ਆਪਾਂ ਸੇਵਿੰਗ ਅਕਾਊਂਟ ਖੋਲਦੇ ਹਾਂ ਜਿਵੇਂ ਬੈਂਕਾਂ 'ਚ ਆਪਾਂ ਇੰਡੀਆ ਵੀ ਖੋਲਦੇ ਸੀ ਬੱਚਿਆਂ ਦੇ ਆਪਾਂ ਉੱਥੇ ਡਾਕਖਾਨੇ 'ਚ ਖੋਲਦੇ ਹਾਂ ਚਲੋ ਥੋੜੇ ਥੋੜੇ ਪਾ ਦਿੰਦੇ ₹1000 ਪਾਤਾ 500 ਪਾਤਾ ਕਈ ਦਫਾਏ ਹੁੰਦੀਆਂ ਨੇ ਜੀ 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 ਤੇ ਇੱਥੇ ਜੇਕਰ ਅਸੀਂ ਬੈਂਕਾਂ ਦੇ ਵਿੱਚ ਅਕਾਊਂਟ ਖੋਲਦੇ ਹਾਂ ਤਾਂ ਬੈਂਕਾਂ ਦੇ ਵਿੱਚ ਰੇਟ ਆਫ ਇੰਟਰਸਟ ਬਹੁਤ ਘੱਟ ਆ ਵਾਲੀ ਹੈ ਸਭ ਉੱਥੇ ਬੱਚੇ ਦਾ ਜਿਹੜਾ ਪੈਸਾ ਗਰੋ ਨਹੀਂ ਹੁੰਦਾ ਇਸ ਲਈ ਗਵਰਨਮੈਂਟ ਨੇ ਇਹ ਬੜਾ ਅੱਛਾ ਪ੍ਰੋਗਰਾਮ ਸ਼ੁਰੂ ਕੀਤਾ ਕਿ ਤੁਸੀਂ ਜਿਹੜਾ ਪੈਸਾ ਇਹ ਖੋਲੋ ਅਕਾਊਂਟ ਉੱਥੇ ਜਮ੍ਹਾਂ ਕਰਾਓ ਤਾਂ ਮੈਂ 20% ਤੱਕ ਦਿੰਦੀ ਹਾਂ ਹੁਣ ਜਿਹੜਾ ਅਗਲਾ ਮੇਨ ਪੁਆਇੰਟ ਆ ਜੀ ਕਿ ਅਸੀਂ ਆਰਈਐਸਪੀ ਖੋਲਣੀ ਕਿੱਥੇ ਆ ਕਿਹਨਾਂ ਨਾਲ ਖੋਲਣੀ ਹੈ ਅਸੀਂ ਕਿਹੜੇ ਬੈਸਟ ਨੇ ਰਾਈਟ ਹਾਂ ਇਹ ਵੀ ਪੁਆਇੰਟ ਹੈਗਾ ਵੀ ਆਰਈਐਸਪੀ ਖੋਲ ਸਕਦੇ ਹਾਂ ਗਵਰਨਮੈਂਟ ਦਾ ਪਲਾਨ ਹੈਗਾ ਮੈਨੂੰ ਲੱਗਦਾ ਕਿ ਹਰ ਬੈਂਕਸ ਆਫਰ ਦਿੰਦੀਆਂ ਨੇ ਇਹਦੇ ਵਿੱਚ ਬਿਲਕੁਲ ਬ੍ਰੋਕਰੇਜ ਦਾ ਕੋਈ ਸਿਸਟਮ ਹੁੰਦਾ ਹੈਗਾ ਵੀ ਅਸੀਂ ਇਸ ਬ੍ਰੋਕਰੇਜ ਦੇ ਥਰੂ ਖੋਲਣੀ ਹੈ ਇਸ ਦੇ ਬ੍ਰੋਕਰ ਕਿਉਂਕਿ ਹਰ ਇੱਕ ਬੰਦਾ ਮਾਰਕੀਟ ਦੇ ਵਿੱਚ ਜੇਕਰ ਆਪਾਂ ਗੱਲ ਕਰਦੇ ਹਾਂ ਜਾਂ ਐਡਵਰਟਾਈਜ਼ਮੈਂਟਸ ਦੇਖਦੇ ਹਾਂ ਅਸੀਂ ਜਾਂ ਪਬਲਿਕਲੀ ਬੰਦੇ ਜਾਣਦੇ ਹੁੰਦੇ ਨੇ ਬੰਦਾ ਕਹਿੰਦਾ ਵੀ ਮੈਂ ਆਰਈਐਸਪੀ ਕਰਦਾ ਲੇਕਿਨ ਇਹਦੇ ਵਿੱਚ ਆਰਈਐਸਪੀ ਕਰਨ ਦਾ ਇੱਕ ਸਿਸਟਮ ਜਾਂ ਢੰਗ ਅਸੀਂ ਕਿਸ ਤੋਂ ਕਰਵਾਉਣੀ ਚਾਹੀਦੀ ਹੈ ਇਹਦੇ ਵਿੱਚ ਕੀ ਲੀਗਲ ਹਰ ਇੱਕ ਬੰਦਾ ਆਪਣੇ ਵੱਲੋਂ ਠੀਕ ਕਰਦਾ ਲੇਕਿਨ ਹਰ ਇੱਕ ਬੰਦੇ ਦੀ ਸਰਵਿਸਿਜ਼ ਵੀ ਬਹੁਤ ਡਿਪੈਂਡ ਕਰਦੀ ਬਿਲਕੁਲ ਜੀ ਕਿਸ ਢੰਗ ਦੇ ਨਾਲ ਕਰਵਾਉਣੀ ਚਾਹੀਦੀ ਹੈ ਲਾਈਕ ਕੀ ਪ੍ਰੋਸੈਸ ਰਹਿੰਦਾ ਇਹਦੇ ਵਿੱਚ
ਓਕੇ ਇਹਦੇ ਵਿੱਚ ਸਭ ਤੋਂ ਪਹਿਲਾਂ ਜਿਹੜੀ ਬਹੁਤ ਜ਼ਰੂਰੀ ਚੀਜ਼ ਤੁਸੀਂ ਇਹ ਦੇਖਣੀ ਹੈ ਕਿ ਪਹਿਲਾਂ ਤੁਹਾਨੂੰ ਪਤਾ ਹੋਵੇ ਕਿ RESP ਕਿਹੜਾ ਪ੍ਰੋਗਰਾਮ ਹੈ, ਕਿੱਦਾਂ ਕੰਮ ਕਰਦਾ, ਅਤੇ ਉਸ ਤੋਂ ਬਾਅਦ ਤੁਸੀਂ ਜਿਹੜੇ ਵੀ ਇੰਸਟੀਟਿਊਸ਼ਨ ਦੇ ਨਾਲ ਇਸਨੂੰ ਓਪਨ ਕਰਨ ਜਾ ਰਹੇ ਹੋ, ਭਲਾ ਉਹ ਬੈਂਕਸ ਨੇ, ਭਲਾ ਪ੍ਰਾਈਵੇਟ ਕੰਪਨੀਆਂ ਨੇ, ਭਲਾ ਉਹ ਇੰਸ਼ੋਰੈਂਸ ਕੰਪਨੀਆਂ ਨੇ, ਇਹਦਾ ਗੌਰਮੈਂਟ ਨੇ ਬੈਂਕਾਂ ਨੂੰ, ਪ੍ਰਾਈਵੇਟ ਕੰਪਨੀਆਂ ਨੂੰ ਅਤੇ ਇੰਸ਼ੋਰੈਂਸ ਕੰਪਨੀਆਂ ਨੂੰ ਵੀ ਇਹਨਾਂ ਦੇ ਕੋਲ ਲਾਇਸੈਂਸ ਹੁੰਦਾ ਕਿ ਅਕਾਊਂਟ ਖੋਲ੍ਹ ਸਕਦੇ ਨੇ, ਓਕੇ ਠੀਕ ਹੈ ਜੀ। ਇਹਦੇ ਵਿੱਚ ਜਿਹੜੀ ਆਪਾਂ ਇੱਕ ਮੇਨ ਚੀਜ਼ ਦੇਖਣੀ ਪੈਂਦੀ ਹੈ ਕਿ ਸਾਡੇ ਜਿਹੜਾ ਬੱਚੇ ਦਾ ਪੈਸਾ ਹੈ ਸੇਵ ਕਿੱਥੇ ਜਾ ਰਿਹਾ, ਹੋ ਰਿਹਾ, ਅਤੇ ਰੇਟ ਆਫ ਇੰਟਰਸਟ ਕਿੱਥੇ ਵੱਧ ਮਿਲੂਗਾ, ਅਤੇ ਹੋਰ ਕੀ ਬੈਨੀਫਿਟਸ ਨੇ। ਮੈਂ ਇੱਥੇ ਥੋੜ੍ਹਾ ਜਿਹਾ ਇਹ ਪੁਆਇੰਟ ਕਲੀਅਰ ਕਰਨਾ ਚਾਹੁੰਦਾ ਕਿ ਕਈ ਕੰਪਨੀਆਂ ਇਸ ਅਕਾਊਂਟ ਖੋਲ੍ਹਣ ਦੀ ਫੀਸ ਲੈਂਦੀਆਂ ਨੇ ਜੀ, ਫੀਸ ਚਾਰਜ ਕਰਦੀਆਂ ਨੇ ਅਕਾਊਂਟ ਖੋਲ੍ਹਣ ਦੀ ਫੀਸ ਚਾਰਜ ਕਰਦੀਆਂ ਨੇ। ਆਈ ਥਿੰਕ ਬੈਂਕਾਂ ਨਹੀਂ ਕਰਦੀਆਂ ਪਰ ਕਈ ਪ੍ਰਾਈਵੇਟ ਕੰਪਨੀਆਂ ਕਰਦੀਆਂ ਨੇ, ਓਕੇ ਠੀਕ ਹੈ ਜੀ। ਤਾਂ ਉਸ ਤੋਂ ਬਾਅਦ ਅਸੀਂ ਦੇਖਣਾ ਪੈਂਦਾ ਹੈਗਾ ਕਿ ਸਾਡੇ ਬੱਚੇ ਦਾ ਜਿਹੜਾ ਅਕਾਊਂਟ ਖੋਲ੍ਹ ਰਿਹਾ ਸਾਨੂੰ ਕੰਪਨੀ ਫੀਸ ਤਾਂ ਨਹੀਂ ਚਾਰਜ ਕਰ ਰਹੇਗੀ, ਉਸ ਤੋਂ ਬਾਅਦ ਸਾਨੂੰ ਦੇਖਣਾ ਹੁੰਦਾ ਕਿ ਇੱਥੇ ਸਾਡਾ ਰੇਟ ਆਫ ਇੰਟਰਸਟ ਜਿਹੜਾ ਬੱਚੇ ਦਾ ਵਿਆਜ ਮਿਲੂਗਾ ਪੈਸੇ ਦੇ ਉੱਤੇ ਉਹ ਠੀਕ ਮਿਲੇਗਾ। ਇਹਦੇ ਵਿੱਚ ਵੇਰੀਏਸ਼ਨ ਹੁੰਦੀ ਹੈ ਜੀ? ਹਾਂਜੀ, ਇਹਦੇ ਵਿੱਚ ਵੀ ਹੁੰਦੀ ਹੈ, ਹਰ ਇੱਕ ਦਾ ਆਪਣਾ ਆਪਣਾ ਹੁੰਦਾ, ਜਿਵੇਂ ਬੈਂਕਾਂ ਦਾ ਵਿਆਜ ਅਲੱਗ ਹੁੰਦਾ, ਪ੍ਰਾਈਵੇਟ ਕੰਪਨੀਆਂ ਦਾ ਅਲੱਗ ਹੁੰਦਾ, ਇੰਸ਼ੋਰੈਂਸ ਕੰਪਨੀ ਦਾ ਅਲੱਗ ਹੁੰਦਾ ਵਾ। ਓਕੇ, ਮੈਂ ਇੱਥੇ ਦੱਸਣਾ ਚਾਹੁੰਦਾ ਕਿ ਜਿਹੜੇ ਬੈਂਕ ਦੇ ਜਿਹੜੀ ਇੰਸ਼ੋਰੈਂਸ ਕੰਪਨੀ ਦੇ ਨਾਲ ਆਪਾਂ ਕੰਮ ਕਰਦੇ ਹਾਂ ਤਾਂ ਇੰਸ਼ੋਰੈਂਸ ਕੰਪਨੀ ਇਟਸ ਅ ਬਿਗ ਕੰਪਨੀ, ਇੰਡਸਟਰੀਅਲ ਅਲਾਈਅੰਸ ਕੰਪਨੀ ਹੈਗੀ ਬਹੁਤ ਵੱਡੀ, ਤਾਂ ਉਹਨਾਂ ਦੇ ਨਾਲ ਅਕਾਊਂਟ ਖੋਲ੍ਹਣ ਦਾ ਇੱਕ ਅਲੱਗ ਤੋਂ ਬੈਨੀਫਿਟ ਇਹ ਹੁੰਦਾ ਕਿ ਇੱਕ ਤਾਂ ਉਹਨਾਂ ਦੀ ਅਕਾਊਂਟ ਖੋਲ੍ਹਣ ਦੀ ਜਿਹੜੀ ਫੀਸ ਆ ਜੀ ਜ਼ੀਰੋ ਆ, ਇੱਕ ਉਹਨਾਂ ਦਾ ਰੇਟ ਆਫ ਇੰਟਰਸਟ ਵਿਆਜ ਬਹੁਤ ਜ਼ਿਆਦਾ ਵਧੀਆ ਹੈ ਰੈਦਰ ਦੈਨ ਅਦਰ ਇੰਸਟੀਟਿਊਸ਼ਨ, ਠੀਕ ਹੈ ਜੀ। ਬੱਚੇ ਦੇ ਪੈਸੇ ਜ਼ਿਆਦਾ ਗਰੋ ਹੁੰਦੇ ਨੇ, ਹੁਣ ਉਹਦੇ ਵਿੱਚ ਤੁਸੀਂ ਆਪਣਾ ਪੈਸਾ ਜਮ੍ਹਾਂ ਕਰਾਇਆ, ਵਿਆਜ ਲੱਗਿਆ ਉਹਦੇ 'ਤੇ, ਰਾਈਟ, ਗੌਰਮੈਂਟ ਦਾ ਪੈਸਾ ਹੈ, ਤਿੰਨ ਅਮਾਊਂਟਸ ਹੋ ਗਈਆਂ, ਅਤੇ ਇਹਦੇ 'ਚ ਮੈਂ ਦੱਸਣਾ ਚਾਹੁੰਦਾ ਕਿ ਜਿਹੜੀ ਅਸੀਂ RESP ਖੋਲ੍ਹਦੇ ਹਾਂ ਇਹਦੇ ਵਿੱਚ ਅਪ ਟੂ 15% ਤੱਕ ਬੋਨਸ ਜਿਹੜਾ ਕੰਪਨੀ ਆਪਣੀ ਪੋਕਟ ਦੇ ਵਿੱਚੋਂ ਬੱਚੇ ਨੂੰ ਦਿੰਦੀ ਹੈ ਜਿਹੜਾ ਦੂਸਰੇ ਨਹੀਂ ਦਿੰਦੇ ਨੇ। ਤੁਸੀਂ ਆਪ ਦੀ ਤੁਹਾਡੀ ਕੰਪਨੀ ਜਿਹੜੀ 15% ਬੋਨਸ, 15% ਤੱਕ ਬੋਨਸ ਆ, ਓਕੇ, ਟੋਟਲ ਅਮਾਊਂਟ ਦਾ 15%। ਹਾਂਜੀ, ਉਹਦੇ 'ਚ ਇੱਦਾਂ ਕਿ 18 ਸਾਲ ਦੀ ਏਜ 'ਚ ਬੱਚਾ ਜਦੋਂ ਯੂਨੀਵਰਸਿਟੀ ਜਾ ਜਾਂਦਾ ਸੀ ਜਾਂਦਾ ਹੈ ਤਾਂ ਉਦੋਂ ਸਾਡੇ ਜਿਹੜਾ ਟੋਟਲ ਅਮਾਊਂਟ ਹੁੰਦੀ ਆ ਜਿਹਦੇ 'ਚ ਤੁਹਾਡਾ ਪੈਸਾ ਹੋ ਗਿਆ, ਗੌਰਮੈਂਟ ਦੀਆਂ ਗ੍ਰਾਂਟਸ ਹੋ ਗਈਆਂ, ਤੀਜਾ ਵਿਆਜ ਹੋ ਗਿਆ ਜੀ, ਚੌਥਾ 15% ਤੱਕ ਜਿਹੜਾ ਬੋਨਸ ਆ ਬੱਚੇ ਨੂੰ ਕੰਪਨੀ ਆਪਣੀ ਪੋਕਟ ਦੇ ਵਿੱਚੋਂ ਦਿੰਦੀ ਆ ਫਰੀ ਆਫ ਕੋਸਟ, ਅਤੇ ਅਕਾਊਂਟ ਖੋਲ੍ਹਣ ਦੀ ਜਿਹੜੀ ਇਹਨਾਂ ਦੀ 0% ਆ ਜੀ। ਤਾਂ ਅਸੀਂ ਇਸ ਕਰਕੇ ਅਸੀਂ ਮੈਂ ਟਾਕ ਸ਼ੋ ਜਦੋਂ ਕਰਦਾ ਕਈ ਵਾਰ ਮੇਰੇ ਰੇਡੀਓਸ 'ਤੇ ਵੀ ਹੁੰਦੇ ਨੇ ਜਾਂ ਤੁਹਾਡੇ ਹਨੀ ਵਾਲੀਆ ਸ਼ੋਅ ਦੇ ਵਿੱਚ ਆਪਣੇ ਚੱਲਦੇ ਰਹਿਣਗੇ ਹੁਣ, ਅਤੇ ਇਹਦੇ ਵਿੱਚ ਮੈਂ ਇਹ ਚੀਜ਼ ਬਿਲਕੁਲ ਕਲੀਅਰ ਕਰਨਾ ਚਾਹੁੰਦਾ ਕਿ ਤੁਸੀਂ ਜਦੋਂ ਬੱਚੇ ਦਾ ਸੇਵਿੰਗ ਅਕਾਊਂਟ ਖੋਲ੍ਹਦੇ ਆ ਤਾਂ ਤੁਸੀਂ ਇਹ ਚਾਰ ਚੀਜ਼ਾਂ ਦਾ ਧਿਆਨ ਰੱਖੋ ਕਿ ਉਹ ਕੰਪਨੀ ਫੀਸ ਚਾਰਜ ਤਾਂ ਨਹੀਂ ਕਰ ਰਹੇਗੀ, ਰਾਈਟ, ਕੀ ਤੁਹਾਡਾ ਜਿਹੜਾ ਵਿਆਜ ਆ ਰੇਟ ਆਫ ਇੰਟਰਸਟ ਬੱਚੇ ਦੇ ਪੈਸੇ 18 ਸਾਲ ਤੱਕ ਦੀ ਉਮਰ ਤੱਕ ਗੁੱਡ ਕਿੱਥੋਂ ਮਿਲ ਰਿਹਾ ਵਾ, ਤੀਸਰਾ ਉਹਦੇ ਵਿੱਚ ਕੰਪਨੀ ਆਪਣੇ ਕੋਲੋਂ ਕੀ ਦੇ ਰਹੀ ਆ, ਰਾਈਟ, ਇਹ 4-5 ਚੀਜ਼ਾਂ ਦਾ ਦੇਖਣਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਤਾਂ ਉਦੋਂ ਤੁਸੀਂ ਇਹ ਅਕਾਊਂਟ ਨੂੰ ਓਪਨ ਕਰ ਸਕਦੇ ਹਾਂ। ਸਾਡੇ ਨਾਲ ਜੇ ਓਪਨ ਕਰਨਾ ਤੁਸੀਂ $25-25 ਤੋਂ ਤੁਸੀਂ ਅਕਾਊਂਟ ਖੋਲ੍ਹ ਸਕਦੇ ਹਾਂ, ਮੈਕਸੀਮਮ $210 ਤੱਕ ਖੋਲ੍ਹ ਸਕਦੇ ਹਾਂ, ਮੰਥਲੀ $210 ਤੱਕ ਵੀ ਦੇ ਸਕਦੇ ਹਾਂ ਤੁਸੀਂ, ਸਾਲ ਦਾ ਇਕੱਠਾ 2500 ਵੀ ਦੇ ਸਕਦੇ, ਮੰਥਲੀ ਨਹੀਂ ਦੇਣਾ ਤਾਂ। ਹੁਣ ਮੋਸਟਲੀ ਜਿਹੜੀ ਸਾਡੀ ਆਪਣੀ ਜਿਹੜੀ ਕਮਿਊਨਿਟੀ ਆ ਇਹਦੇ ਵਿੱਚ ਮੋਸਟਲੀ ਸਾਰੇ ਭੈਣ ਭਰਾਵਾਂ ਦੇ ਇਹੀ ਹੁੰਦਾ ਕਿ ਦੇਖੋ ਜੀ ਗੌਰਮੈਂਟ ਬੱਚਿਆਂ ਨੂੰ ਫ੍ਰੀ ਪੈਸਾ ਦਿੰਦੀ ਇੱਥੇ, ਰਾਈਟ, ਕਿਸੇ ਨੂੰ ਅਕੋਰਡਿੰਗ ਟੂ ਤੁਹਾਡੀ ਇਨਕਮ ਹੁੰਦੀ ਕਿੰਨਾ ਮਿਲਦਾ, ਤਾਂ ਮੋਸਟਲੀ ਹਰ ਮਾਂ ਬਾਪ ਦਾ ਪੇਰੈਂਟ ਦਾ ਇਹੀ ਹੁੰਦਾ ਕਿ ਦੇਖੋ ਜਿਹੜੇ ਗੌਰਮੈਂਟ ਤੋਂ ਸਾਨੂੰ ਪੈਸੇ ਆ ਰਹੇ ਆ ਉਹੀ ਚੱਕ ਕੇ ਅਸੀਂ RESP 'ਚ ਪਾ ਦਿੰਦੇ ਹਾਂ ਜੀ, ਜੇਬ 'ਚੋਂ ਕੁਛ ਨਹੀਂ ਦੇਣਾ ਪੈਂਦਾ ਉਹਨਾਂ ਨੂੰ, ਤਾਂ ਉਹ ਮੈਕਸੀਮਮ ਉੱਧਰ ਜਮ੍ਹਾਂ ਹੋ ਜਾਂਦੇ ਨੇ। ਤਾਂ ਬਹੁਤ ਵਾਰੀ ਦੇਖਣ 'ਚ ਇਹ ਹੁੰਦਾ ਕਿ ਜਦੋਂ ਬੱਚੇ ਦੇ ਪੈਸੇ ਹੋਣਗੇ, ਇੱਕ ਫੈਮਿਲੀ 'ਚ 2 ਜਾਂ 3 ਬੱਚੇ ਆ ਤਾਂ ਉਹਨਾਂ ਦੇ ਪੈਸੇ ਮਦਰ ਦੇ ਸੇਵਿੰਗ ਅਕਾਊਂਟ 'ਚ ਹੁੰਦੇ ਨੇ, ਤਾਂ ਅਸੀਂ ਉਹ ਪੈਸੇ ਕਈ ਵਾਰ ਯੂਜ਼ ਕਰ ਲੈਂਦੇ ਹਾਂ ਬੱਚਿਆਂ ਦੇ, ਸਾਡੇ ਘਰ 'ਚ ਚੱਲ ਜਾਂਦੇ ਨੇ ਨਾ, ਬਟ ਉਹਦੇ ਲਈ ਬੈਸਟ ਖਰਚ ਸਾਨੂੰ ਪਤਾ ਵੀ ਨਹੀਂ ਚੱਲਦਾ ਹੈਗਾ ਕਈ ਵਾਰ ਕਿ ਕਿੱਧਰ ਚਲੇ ਗਏ, ਪਰ ਉਹਦੇ ਲਈ ਬੈਸਟ ਵੇ ਇਹੀ ਹੁੰਦਾ ਕਿ ਜਿਹੜਾ ਗੌਰਮੈਂਟ ਤੋਂ ਵੀ ਪੈਸਾ ਰਿਹਾ ਤੁਸੀਂ ਉਹਨੂੰ ਹੀ ਚੱਕ ਕੇ ਉਹਦੇ ਨਾਲ ਹੀ RESP ਇੱਕ ਓਪਨ ਕਰ ਦਿਓ, ਇੱਕ ਤਾਂ ਬੱਚੇ ਦਾ ਪੈਸਾ ਸੇਵ ਹੋ ਗਿਆ ਤੁਹਾਡਾ, ਇੱਕ ਉਹਦੇ 'ਤੇ ਰੇਟ ਆਫ ਇੰਟਰਸਟ ਬਹੁਤ ਅੱਛਾ ਮਿਲ ਰਿਹਾ ਵਾ, ਇੱਕ ਗੌਰਮੈਂਟ ਤੋਂ ਜਿਹੜੀ ਫ੍ਰੀ ਦੀ ਗ੍ਰਾਂਟ ਆ ਆਪਾਂ ਨੂੰ 7200 ਤੋਂ 9200 ਤੱਕ ਵੀ ਹੈਗੀ ਕਿ ਜੇ ਲੋ ਇਨਕਮ 'ਚ ਹੋਵੇ ਅਲੱਗ ਵੀ ਇੱਕ ਹੁੰਦੀ ਆ ਉਹਦੇ 'ਚ, ਉਹ ਸਾਨੂੰ ਫ੍ਰੀ ਮਿਲਦੀ ਆ। ਤੀਸਰੇ ਨੰਬਰ 'ਤੇ ਜਿਹੜਾ ਟੋਟਲ ਬੱਚੇ ਦਾ ਪੈਸਾ ਜੁੜ ਜਾਂਦਾ ਹੈ ਉਹਦੇ ਵਿੱਚ 15% ਤੱਕ ਬੋਨਸ ਆ ਜਿਹੜਾ ਗੌਰਮੈਂਟ ਜਿਹੜੀ ਕੰਪਨੀ ਵੱਲੋਂ ਸਾਡੀ ਇੰਸ਼ੋਰੈਂਸ ਇੰਡਸਟਰੀ ਲਾਈਨਸ ਕੰਪਨੀ ਵੱਲੋਂ ਦਿੱਤਾ ਜਾਂਦਾ, ਉਹ ਇੱਕ ਅਲੱਗ ਤੋਂ ਬੈਨੀਫਿਟ ਆ ਜਿਹੜਾ ਇੱਕ ਬੜਾ ਵਧੀਆ ਮੈਂ ਕਹੂੰਗਾ ਕਿ ਬੈਨੀਫਿਟ ਆ। ਤਾਂ ਦੋਸਤੋ ਅਸੀਂ RESP ਦੇ ਉੱਤੇ ਡਿਸਕਸ ਕਰ ਰਹੇ ਹਾਂ ਨਾ, RESP ਦੇ ਬਾਰੇ ਵਿੱਚ ਕੋਈ ਮਨ ਦੇ ਵਿੱਚ ਸਵਾਲ ਹੈਗਾ ਤੁਹਾਨੂੰ, ਤੁਸੀਂ ਹਰਜਿੰਦਰ ਹੈਰ ਜੀ ਦੇ ਨਾਲ ਕੰਟੈਕਟ ਕਰ ਸਕਦੇ ਹੋ, ਉਹਨਾਂ ਦੇ ਫੋਨ ਨੰਬਰ ਲਗਾਤਾਰ ਸਕਰੀਨ ਦੇ ਉੱਤੇ ਜਾ ਰਹੀ ਹੈ। ਸਾਡੀ ਇਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਹਰ ਇੱਕ ਸਵਾਲ ਦੇ ਨਾਲ ਅਸੀਂ ਜਿਹੜੇ ਹੈਗੇ ਨੇ ਜਵਾਬ ਦਿੱਤੇ ਜਾਣ,
ਜਾਣ ਸਾਡੇ ਐਕਸਪਰਟ ਆਪਣਾ ਐਕਸਪੀਰੀਅੰਸ ਜਿੱਦਾਂ ਹਰਜਿੰਦਰ ਜੀ ਬੈਠੇ ਨੇ ਇਹ ਆਪਣਾ ਜੋ ਵੀ ਇਹਨਾਂ ਦਾ ਐਕਸਪੀਰੀਅੰਸ ਹੈਗਾ ਬਿਜ਼ਨਸ ਦਾ ਐਕਸਪੀਰੀਅੰਸ ਹੈ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਅਸੀਂ ਕਿਸੇ ਨੂੰ ਵੀ ਮਾੜਾ ਜਾਂ ਕਿਸੇ ਨੂੰ ਵੀ ਗਲਤ ਕਿਸੇ ਨੂੰ ਸਹੀ ਠਹਿਰਾਉਣ ਦੇ ਹੱਕ 'ਚ ਕਦੀ ਵੀ ਨਹੀਂ ਹੁੰਦੇ ਅਸੀਂ ਆਪਣੇ ਐਕਸਪੀਰੀਅੰਸ ਦੇ ਨਾਲ ਤੁਹਾਡੇ ਨਾਲ ਜਿਹੜੀਆਂ ਹੈਗੀਆਂ ਆਪਣਾ ਜਿਹੜੀਆਂ ਗੱਲਾਂ ਬਾਤਾਂ ਕਰੀਦੀਆਂ ਨੇ ਅੱਛਾ ਇਹਦੇ ਵਿੱਚ ਇਹ ਹੁੰਦਾ ਵੀ ਤੁਸੀਂ ਇੱਕ ਏਜ ਦੱਸੀ ਹੈ ਵੀ 18 ਸਾਲ ਤੱਕ ਵੈਲਿਡ ਹੁੰਦਾ ਇਹ ਕਈ ਬੱਚੇ ਸਪੋਜ਼ 5 ਸਾਲ ਦੇ ਵਿੱਚ ਬੱਚੇ ਨੇ ਕਲਾਸਿਸ ਸ਼ੁਰੂ ਹੋ ਗਈਆਂ ਉਹ 17 ਸਾਲ ਤੱਕ ਉਹਦੀ ਪਲੱਸ 2 ਹੋ ਜਾਂਦੀ ਹੈ ਕਿ ਉਹਨੂੰ 17 ਸਾਲ ਤੋਂ ਬਾਅਦ ਉਹ ਅਗਰ ਗ੍ਰੈਜੂਏਸ਼ਨ ਦੇ ਵਿੱਚ ਕਰਦਾ ਕੀ ਉਹ ਪੋਸੀਬਿਲਿਟੀ ਹੁੰਦੀ ਹੈ ਕਿ ਏਜ ਦਾ ਕਿਤੇ ਹੁੰਦਾ ਵੀ ਘੱਟੋ ਘੱਟ ਉਹਨੂੰ 18 ਸਾਲ ਦਾ ਹੋਣਾ ਚਾਹੀਦਾ ਜਾਂ ਏਜ ਨੂੰ ਛੱਡ ਕੇ ਸਿਰਫ ਐਜੂਕੇਸ਼ਨ ਤੇ ਹੁੰਦਾ ਵੀ ਉਹ ਪਲੱਸ 2 ਤੋਂ ਬਾਅਦ ਗ੍ਰੈਜੂਏਸ਼ਨ ਲੈਵਲ ਤੇ ਕਰਨਾ ਚਾਹੀਦਾ ਬਿਲਕੁਲ ਜਿਹਦੇ ਵਿੱਚ ਜਦੋਂ ਅਸੀਂ ਆਰਏਐਸਪੀ ਓਪਨ ਕਰਦੇ ਹਾਂ ਤਾਂ ਉਹਦੇ ਵਿੱਚ ਸਾਨੂੰ ਭਰਨਾ ਪੈਂਦਾ ਕਿ ਇਹਦੇ ਕਿਸ ਬਰਥਡੇ ਦੇ ਉੱਤੇ ਜਾ ਕੇ ਕਿਸ ਏਜ ਤੇ ਜਾ ਕੇ ਬੱਚੇ ਨੂੰ ਬੈਨੀਫਿਟ ਮਿਲੇ ਤਾਂ ਅਸੀਂ ਉੱਥੇ 18 ਤੇ ਲਿਖ ਦਈਦਾ ਕਿਉਂਕਿ ਮੋਸਟਲੀ 5 ਸਾਲ ਤੋਂ ਬਾਅਦ ਬੱਚਾ ਸਕੂਲ ਜਾਂਦਾ ਤੇ 17-18 ਸਾਲ ਦੀ ਏਜ 'ਚ ਬੱਚਾ ਐਂਟਰ ਹੋ ਜਾਂਦਾ ਯੂਨੀਵਰਸਿਟੀ ਦੇ ਵਿੱਚ ਹੁਣ ਜਦੋਂ ਬੱਚਾ ਯੂਨੀਵਰਸਿਟੀ 'ਚ ਐਂਟਰ ਹੁੰਦਾ ਤਾਂ ਉਦੋਂ ਉਹਨੂੰ ਪੈਸੇ ਦੀ ਜ਼ਰੂਰਤ ਹੁੰਦੀ ਉਦੋਂ ਅਸੀਂ ਕੰਪਨੀ ਫਿਰ ਸਾਨੂੰ ਪੈਸਾ ਉਹ ਪੇ ਕਰਦੀ ਹੈ ਓਕੇ ਇਹ ਚੀਜ਼ ਵੇਰੀਏਸ਼ਨ ਹੁੰਦੀ ਹੈ ਵੀ ਤੁਸੀਂ ਚੇਂਜ ਕਰ ਸਕਦੇ ਹੋ ਕਿਸੇ ਨੂੰ 18 'ਚ ਮਿਲਿਆ ਕਿਸੇ ਨੂੰ 17.5 'ਚ ਮਿਲਿਆ ਤੁਹਾਡਾ ਡੇਟ ਆਫ ਵੀ ਜਿੱਦਾਂ ਦਾ ਬਰਥ ਹੈਗਾ ਉਸ ਹਿਸਾਬ ਨਾਲ ਤੁਹਾਨੂੰ ਉਸ ਹਿਸਾਬ ਨਾਲ ਮੈਂਸ਼ਨ ਕਰਨਾ ਪੈਂਦਾ ਮੈਂ ਇੱਥੇ ਇੱਕ ਹੋਰ ਪੁਆਇੂੰਟ ਕਲੀਅਰ ਕਰਨਾ ਚਾਹੁੰਦਾ ਕਿ ਮੋਸਟਲੀ ਜਿਹੜਾ ਪੇਰੈਂਟ ਦਾ ਕੁਐਸਚਨ ਹੁੰਦਾ ਸਾਨੂੰ ਜਦੋਂ ਆਰਈਐਸਪੀ ਖੋਲਦੇ ਹਾਂ ਤਾਂ 10 ਦੇ ਵਿੱਚੋਂ 9 ਪੇਰੈਂਟਸ ਇਹੀ ਕੁਐਸਚਨ ਕਰਦੇ ਨੇ ਕਿ ਕੀ ਜੇ ਸਾਡਾ ਬੱਚਾ ਜੀ ਯੂਨੀਵਰਸਿਟੀ ਨਾ ਗਿਆ ਰਾਈਟ ਜਾਂ ਬੱਚਾ ਪੜ੍ਹਨਾ ਨਾ ਚਾਹੇ ਤਾਂ ਸਾਡੇ ਪੈਸੇ ਕੀ ਬਣੂਗਾ ਦਾ ਪੈਸੇ ਦਾ ਬਿਲਕੁਲ ਠੀਕ ਹੈ ਉਹ ਮੈਂ ਬਿਲਕੁਲ ਕਲੀਅਰ ਕਰਨਾ ਚਾਹੁੰਦਾ ਕਿ ਜੇ ਬੱਚਾ ਯੂਨੀਵਰਸਿਟੀ ਨਹੀਂ ਜਾਂਦਾ ਤਾਂ ਮੋਸਟਲੀ ਵੈਸੇ ਤਾਂ ਦੇਖਿਆ ਜਾਵੇ ਤਾਂ ਜਿਹੜੇ ਸਾਡੇ ਬੱਚਿਆਂ ਦੇ ਪਲੱਸ 2 ਤੋਂ ਗ੍ਰੈਜੂਏਸ਼ਨ ਦਾ ਇੱਕ ਬੇਸਿਕ ਐਜੂਕੇਸ਼ਨ ਹੈ ਅਸੀਂ ਤਾਂ ਬੱਚੇ ਨੂੰ ਕੰਨ ਤੋਂ ਫੜ ਕੇ ਕਹਿੰਨੇ ਆ ਜੀ ਕਿ ਭਾਈ ਤੈਨੂੰ ਪੜ੍ਹਨਾ ਹੀ ਪੈਣਾ ਵਾ ਰਾਈਟ 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 ਕਿਉਂਕਿ ਸਾਡੇ ਜਿਹੜੇ ਸੁਪਨੇ ਹੁੰਦੇ ਅਸੀਂ ਬੱਚਿਆਂ ਦੇ ਵਿੱਚ ਦੇਖਦੇ ਆ ਜਿਹੜੀ ਚੀਜ਼ਾਂ ਸਾਡੇ ਪੇਰੈਂਟਸ ਸਾਨੂੰ ਨਹੀਂ ਦੇ ਸਕੇ ਜਾਂ ਅਸੀਂ ਉਸ ਐਜੂਕੇਸ਼ਨ ਤੱਕ ਨਹੀਂ ਜਾ ਸਕੇ ਤਾਂ ਸਾਡਾ ਜਿਹੜਾ ਸਮਾਜ ਆ ਅਸੀਂ ਚਾਹੁੰਦੇ ਕਿ ਸਾਡਾ ਬੱਚਾ ਹਾਇਰ ਐਜੂਕੇਸ਼ਨ ਤਾਂ ਅੱਜ ਦੀ ਡੇਟ ਦੇ ਵਿੱਚ ਗ੍ਰੈਜੂਏਟ ਮੰਨਿਆ ਹੀ ਮੰਨਿਆ ਜਾਂਦਾ ਬਿਲਕੁਲ ਇਸ ਕੰਟਰੀ 'ਚ ਤਾਂ ਸਾਡਾ ਮੈਨੂੰ ਮੈਂ ਨਹੀਂ ਦੇਖਣ 'ਚ ਹੈਗਾ ਕਿ ਕੋਈ ਬੱਚਾ ਪਲੱਸ 2 ਤੋਂ ਬਾਅਦ ਕਹਿ ਦੇਵੇ ਕਿ ਮੈਂ ਅੱਗੇ ਨਹੀਂ ਪੜ੍ਹਨਾ ਜੀ ਅਸੀਂ ਬੱਚੇ ਨੂੰ ਚਾਹੇ ਉਹ ਕਿਸੇ ਬਿਜ਼ਨਸਮੈਨ ਦਾ ਹੀ ਬੱਚਾ ਕਿਉਂ ਚਾਹੇ ਬਿਜ਼ਨਸ ਅਸੀਂ ਚਾਹੁੰਦੇ ਕਿ ਵੱਧ ਤੋਂ ਵੱਧ ਬੱਚਾ ਪੜ੍ਹੇ ਜੀ ਹੁਣ ਉਹਦੇ ਵਿੱਚ ਕੀ ਹੁੰਦਾ ਕਿ ਜੇਕਰ ਇਨ ਕੇਸ ਬੱਚਾ ਕਹਿੰਦਾ ਕਿ ਮੈਂ ਪੜ੍ਹਨਾ ਨਹੀਂ ਗਾ ਜੀ ਮੈਂ ਪਲੱਸ 2 ਤੋਂ ਬਾਅਦ ਮੈਂ ਨਹੀਂ ਪੜ੍ਹਨਾ ਜੀ ਜਾਂ ਕਿਸੇ ਵਜ੍ਹਾ ਕਰਕੇ ਬੱਚਾ ਨਹੀਂ ਯੂਨੀਵਰਸਿਟੀ ਜਾ ਸਕਦਾ ਤਾਂ ਇੱਥੇ ਮੈਂ ਕਲੀਅਰ ਕਰਨਾ ਚਾਹੁੰਦਾ ਕਿ ਜਿਹੜਾ ਤੁਹਾਡਾ ਪੈਸਾ ਹੁੰਦਾ ਉਹ ਸਾਰੇ ਦਾ ਸਾਰਾ ਤੁਹਾਨੂੰ ਵਾਪਸ ਮਿਲ ਜਾਂਦਾ ਹੈ ਗਵਰਨਮੈਂਟ ਆਪਣੀ ਗ੍ਰਾਂਟ ਵਾਪਸ ਲੈ ਜਾਂਦੀ ਹੈ ਕਿਉਂਕਿ ਉਹ ਐਜੂਕੇਸ਼ਨ ਗ੍ਰਾਂਟ ਹੁੰਦੀ ਆ ਬਟ ਉਹਦੇ ਵਿੱਚ ਮੈਂ ਇੱਕ ਪਿਕਚਰ ਕਲੀਅਰ ਕਰਨਾ ਚਾਹੁੰਦਾ ਕਿ ਜਿਹੜਾ ਤੁਹਾਡਾ ਪੈਸਾ ਗਵਰਨਮੈਂਟ ਦੀ ਗ੍ਰਾਂਟ ਉਹਦੇ 'ਤੇ ਜਿਹੜਾ ਵਿਆਜ ਵੀ ਮਿਲਿਆ ਜਾਂਦਾ ਤਾਂ ਉਹ ਵੀ ਗਵਰਨਮੈਂਟ ਕਹਿੰਦੀ ਕਿ ਤੁਸੀਂ ਰੱਖ ਲਓ ਸਿਰਫ ਮੈਨੂੰ ਆਪਣੀ ਗ੍ਰਾਂਟ ਵਾਪਸ ਦੇ ਦਿਓ ਜੇਕਰ ਬੱਚਾ ਜਿਹੜਾ ਵੀ 7200% ਜੋ ਵੀ ਉਹਨਾਂ ਨੇ ਪੇ ਕੀਤਾ ਹਾਂਜੀ 7200 ਤੱਕ ਜਿਹੜੀ ਗ੍ਰਾਂਟ ਆ ਉਹਨਾਂ ਨੇ ਵਾਪਸ ਲੈ ਲੈਣੀ ਹੈ ਅਤੇ ਤੁਹਾਡਾ ਪੈਸਾ ਵਿਦ ਵਿਆਜ ਤੁਹਾਨੂੰ ਵਾਪਸ ਮਿਲ ਜਾਣਾ ਜੇਕਰ ਬੱਚਾ ਨਹੀਂ ਪੜ੍ਹਦਾ ਰਾਈਟ ਅੱਛਾ ਇੱਕ ਇਹਦੇ ਵਿੱਚ ਬਹੁਤ ਵੱਡਾ ਪੁਆਇੰਟ ਆਉਂਦਾ ਹੈ ਕਿ ਸਪੋਜ਼ 10 ਸਾਲ ਬਾਅਦ 8 ਸਾਲ ਬਾਅਦ ਕਿਸੇ ਫੈਮਿਲੀ ਮੈਂਬਰ ਨੂੰ ਉਸ ਪੈਸੇ ਦੀ ਜ਼ਰੂਰਤ ਪੈ ਜਾਂਦੀ ਹੈ ਇੱਕ ਤਾਂ ਉਹਨੂੰ ਪਤਾ ਹੈ ਵੀ ਚਲੋ ਇੱਕ 18 ਸਾਲ ਦਾ ਜਦੋਂ ਬੱਚਾ ਹੋ ਗਿਆ ਉਹ ਐਜੂਕੇਸ਼ਨ ਲਈ ਯੂਜ਼ ਕਰ ਸਕਦਾ ਇਨ ਕੇਸ ਕੋਈ ਐਮਰਜੈਂਸੀ ਆ ਗਈ ਖੁਦਾ ਨਾ ਖਾਸਤਾ ਕੋਈ ਐਮਰਜੈਂਸੀ ਆ ਗਈ ਚਲੋ ਇੱਕ ਕਈ ਦਫ਼ਾ ਇੱਕ ਨੈਗੇਟਿਵ ਪੁਆਇੰਟ ਸੋਚ ਕੇ ਚੱਲਦਾ ਵੀ ਮੈਂ 6-8 ਸਾਲ ਮੈਂ ਉਹ ਕੀਤਾ ਬੱਚਾ ਹਜੇ 14 ਸਾਲ ਦਾ ਹੈਗਾ ਫਿਰ ਫੈਮਿਲੀ ਨੂੰ ਕੋਈ ਦਿਨ ਕਿਤੇ ਕੋਈ ਜ਼ਰੂਰਤ ਹੋ ਗਈ ਵੀ ਜੀ ਜੋ ਅਸੀਂ ਇਹਦਾ 200-300-250 ਦੇ ਰਹੇ ਸੀਗੇ ਕੀ ਉਹ ਉਹਦੇ ਵਿੱਚੋਂ ਵਾਪਸ ਕਢਾਉਣ ਦੇ ਵਿੱਚ ਹੱਕਦਾਰ ਹੁੰਦਾ ਜਾਂ ਉਹ 18 ਸਾਲ ਦੇ ਲਈ ਬਾਉਂਡ ਹੁੰਦਾ ਵੀ 18 ਸਾਲ ਤੋਂ ਪਹਿਲਾਂ ਕੋਈ ਵੀ ਪੈਸਾ ਨਹੀਂ ਕਢਾਇਆ ਜਾ ਸਕਦਾ ਓਕੇ ਇਹ ਬਹੁਤ ਅੱਛਾ ਪੁਆਇੰਟ ਆ ਵਾਲੀ ਹੈ ਸਰ ਤੁਹਾਡਾ ਕਿਉਂਕਿ ਬਹੁਤ ਕੰਪਨੀਆਂ ਸਾਡੇ ਕੋਲ ਕਈ ਵਾਰ ਕਲਾਇੰਟ ਆਉਂਦੇ ਨੇ ਉਹਨਾਂ ਦੀ ਆਰਈਐਸਪੀ ਖੁੱਲੀ ਹੁੰਦੀ ਹੈ ਜੀ ਤਾਂ ਉਹਦੇ ਵਿੱਚ ਬੜੀਆਂ ਕੰਪਨੀਆਂ ਨੇ ਜਿਹੜੀਆਂ ਜਿਹਨਾਂ ਦੀ ਇਹ ਕੰਪਲਸ਼ਨ ਹੁੰਦੀ ਹੈ ਕਿ ਬੱਚਾ ਉਦੋਂ ਹੀ ਪੈਸੇ ਕਢਾ ਸਕਦਾ ਪਰ ਸਾਡੇ ਨਾਲ ਇੱਦਾਂ ਦਾ ਕੁਛ ਨਹੀਂ ਹੈ ਜਿਹੜੀ ਇਹ ਇੰਡਸਟਰੀ ਅਲਾਇੰਸ ਕੰਪਨੀ ਆ ਇਹ 126-127 ਸਾਲ ਪੁਰਾਣੀ ਕੰਪਨੀ ਇਟਸ ਅ ਬਿਗ ਕੰਪਨੀ ਆ ਬਹੁਤ ਵੱਡੀ ਕੰਪਨੀ ਆ ਇਹਦੇ ਵਿੱਚ ਸਾਨੂੰ ਇਹ ਕਿ ਬੱਚਾ ਜਦੋਂ ਤੁਹਾਡਾ ਇਹਦੇ ਵਿੱਚ 3 ਪੁਆਇੰਟ ਹੁੰਦੇ ਨੇ ਕਿ ਤੁਸੀਂ ਜਾਂ ਤਾਂ ਲੋਨ ਲੈ ਸਕਦੇ ਹਾਂ ਉਸ ਬੱਚੇ ਦੇ ਪੈਸੇ 'ਤੇ ਜਿਹੜਾ ਪੈਸਾ ਜੁੜਿਆ ਪਿਆ ਉਹ ਤੁਹਾਨੂੰ ਵਾਪਸ ਕਰਨਾ ਪੈਣਾ ਕਿ ਦੁਬਾਰਾ ਉਹਨੂੰ ਕੰਟੀਨਿਊ ਕਰ ਸਕਦੇ ਹਾਂ ਜਾਂ ਤੁਸੀਂ ਉਹਦੇ ਟੋਟਲ ਮਨੀ ਵਿਦਡਰੋਲ ਕਰਾ ਸਕਦੇ ਹਾਂ ਤੁਸੀਂ ਉਹਦੇ ਵਿੱਚ ਪੈਸਾ ਤੁਸੀਂ ਕਢਾ ਸਕਦੇ ਹਾਂ ਆਰਈਐਸਪੀ ਨੂੰ ਬੰਦ ਵੀ ਕਰ ਸਕਦੇ ਹਾਂ ਜਾਂ ਤੀਸਰਾ ਪੁਆਇੰਟ ਇਹ ਹੁੰਦਾ ਕਿ ਆਹ ਹੁਣ ਡਿਊ ਟੂ ਕਰੋਨਾ ਸਾਡਾ ਇਸ ਦਿਨਾਂ ਦੇ ਵਿੱਚ ਸਾਨੂੰ ਸਾਹਮਣਾ ਕਰਨਾ ਪਿਆ ਇਸ ਗੱਲ ਦਾ ਕਿ ਬੱਚੇ ਤੇ ਅਸੀਂ 210 ਪੂਰੇ ਪਾ ਰਹੇ ਹਾਂ ਪਰ ਕਦੇ ਸਿਚੁਏਸ਼ਨ ਇਦਾਂ ਦੀ ਹੁੰਦੀ ਕਿ ਅਸੀਂ ਪੂਰੇ ਪੈਸੇ ਨਹੀਂ ਦੇ ਸਕਦੇ ਰਾਈਟ ਬਿਲਕੁਲ ਠੀਕ ਹੈ ਗੱਲ ਸਾਨੂੰ ਤਾਂ ਤੁਸੀਂ ਪੈਸਾ ਘਟਾ ਸਕਦੇ ਆ ਤੁਸੀਂ $50 ਤੇ ਲਿਆ ਉਹਨੂੰ ਜਦੋਂ ਤੁਸੀਂ ਠੀਕ ਹੋ ਰਹੇ ਜਦੋਂ ਤੁਹਾਡਾ ਠੀਕ ਹੋ ਜਾਂਦਾ ਫਾਈਨੈਂਸ਼ੀਅਲੀ ਮਾਹੌਲ ਠੀਕ ਹੋ ਜਾਂਦਾ ਤੁਹਾਡੀ ਹਾਲਾਤ ਤਾਂ ਤੁਸੀਂ ਦੁਬਾਰਾ ਫਿਰ ਉਹਨੂੰ 210 ਤੇ ਲਿਜਾ ਲਾਈਕ ਫਿਕਸ ਨਹੀਂ ਅਗਰ ਮੈਂ ਅੱਜ ਮੈਂ 50 ਤੇ ਸ਼ੁਰੂ ਕੀਤਾ ਕੱਲ ਨੂੰ ਮੈਂ 150 ਕਰ ਸਕਦਾ ਅਗਰ ਮੈਂ ਅੱਜ 200 ਤੇ ਸ਼ੁਰੂ ਕੀਤਾ ਕੱਲ ਨੂੰ ਮੈਂ ਘਟਾ 25 ਤੇ ਵੀ ਲਿਆ ਸਕਦੇ 25 ਤੇ ਵੀ
ਕਿਉਂਕਿ ਗਵਰਨਮੈਂਟ ਦੀਆਂ ਗ੍ਰਾਂਟਸ ਨਹੀਂ ਵਿਆਜ ਮਿਲ ਰਿਹਾ, ਬੋਨਸ ਮਿਲਣਾ ਕੰਪਨੀ ਤੋਂ, ਤੁਸੀਂ ਘਟਾ ਲਓ। ਤਾਂ ਇਹ ਬੜਾ ਵਧੀਆ ਪੁਆਇੰਟ ਹੈ, ਕਈ ਕੰਪਨੀਆਂ ਦਾ ਬਹੁਤ ਵੀ ਇੰਨਾ ਕੁ ਤਾਂ ਹਰ ਇੱਕ ਬੰਦਾ ਅਫੋਰਡ ਕਰ ਰਿਹਾ, ਉਹਦੇ ਨਾਲ ਅਸੀਂ ਉਹਨੂੰ ਚੱਲਦਾ ਰੱਖ ਸਕਦੇ ਹਾਂ ਅਕਾਊਂਟ ਨੂੰ। ਪਰ ਮੋਸਟਲੀ ਜਿਹੜਾ ਮੋਸਟਲੀ $210 ਪਾ ਕੇ ਬਹੁਤ ਅੱਛੀ ਜਿਹੜੀ ਜਿਹੜੇ ਪੈਸੇ ਜੁੜ ਜਾਂਦੇ ਨੇ, ਕਿਉਂਕਿ ਜਿਹੜਾ ਬੱਚਾ ਅੱਜ ਸਪੋਜ਼ ਕਰੋ ਕਿ 2020 ਦੇ ਵਿੱਚ ਬੱਚਾ ਪੈਦਾ ਹੋਇਆ ਜੀ, ਤਾਂ ਉਹਨੇ 18 ਸਾਲਾਂ ਬਾਅਦ ਯੂਨੀਵਰਸਿਟੀ ਜਾਣਾ ਵਾ ਜੀ, 38 ਸਾਲ ਬਾਅਦ ਮਤਲਬ ਉਹ ਬੱਚੇ ਨੂੰ। ਹੁਣ ਅੱਜ ਦੀ ਜਿਹੜੀ 4 ਸਾਲ 3 ਸਾਲ ਜਾਂ ਜਿਹੜੀ ਡਿਗਰੀ ਆ, ਕੋਈ ਵੀ ਡਿਪਲੋਮਾ ਡਿਗਰੀ ਆ, ਤਾਂ ਉਹਦਾ ਉਸ ਟਾਈਮ 'ਤੇ ਜਾ ਕੇ ਜਿਹੜਾ ਪ੍ਰਾਈਜ਼ ਆ ਅਪਰੋਕਸੀਮੇਟ 3-4 ਗੁਣਾ ਵੱਧ ਜਾਂਦਾ ਹੈ। ਹਾਂਜੀ, ਅੱਜ ਜੇ ਅੱਜ ਬੱਚਾ ਕਹਿੰਦਾ ਕਿ ਮੈਂ 4 ਸਾਲ ਦੀ ਡਿਗਰੀ ਕਰਨੀ ਹੈ ਤਾਂ ਸਾਨੂੰ $125,000-$1,50,000 ਚਾਹੀਦਾ ਉਹਦੇ ਲਈ, ਉਹ ਵੀ ਜੇਕਰ ਬੱਚਾ ਸਾਡੇ ਐਡਮਿੰਟਨ ਰਹਿ ਕੇ ਪੜ੍ਹਦਾ। ਹੁਣ ਬੱਚਾ ਕਹਿੰਦਾ ਕਿ ਮੈਂ US ਜਾ ਕੇ ਪੜ੍ਹਨਾ ਜੀ, ਜਾਂ ਕੋਈ ਇੱਦਾਂ ਦਾ ਕੋਰਸ ਜਾਂ ਇੱਦਾਂ ਦੀ ਕੋਈ ਡਿਗਰੀ ਆ ਕਿ ਜਿਹੜਾ ਉਹ ਇੱਥੇ ਸਾਡੇ ਨਹੀਂ ਹੈਗੀ, ਤਾਂ ਬੱਚਾ ਕਹਿੰਦਾ ਕਿ ਮੈਂ ਟੋਰਾਂਟੋ ਜਾ ਕੇ ਕਰਨਾ, ਮੈਂ ਵੈਨਕੂਵਰ ਜਾਣਾ, ਮੈਂ US ਜਾਣਾ, ਮੈਂ ਇੰਗਲੈਂਡ ਜਾਣਾ, ਈਵਨ ਕਿ ਮੈਂ ਇੰਡੀਆ ਜਾ ਕੇ ਵੀ ਪੜ੍ਹਨਾ। ਇੱਥੇ ਕਿ ਇੱਦਾਂ ਦੀਆਂ ਫੈਮਿਲੀਜ਼ ਨੇ ਜਿਹੜੇ ਇੰਡੀਆ 'ਚ ਵੀ ਸਟੱਡੀ ਕਰਾਉਂਦੇ ਨੇ, ਤਾਂ ਉਹ ਬਹੁਤ ਸਵਾਲ ਹੈ ਵੀ ਜੇ ਸਿਰਫ ਕੈਨੇਡਾ ਦੇ ਵਿੱਚ ਹੀ ਐਜੂਕੇਸ਼ਨ ਹੈ, ਅਗਰ ਉਹ ਆਊਟ ਆਫ ਕੰਟਰੀ ਕਿਤੇ ਜਾ ਕੇ ਪੜ੍ਹਨਾ ਚਾਹੁੰਦਾ, ਕੋਈ ਡਾਕਟਰੇਟ ਕਰਨਾ ਚਾਹੁੰਦਾ, ਹਰ ਇੱਕ ਤਰ੍ਹਾਂ ਦੀ ਹਰ ਕੰਟਰੀ ਦੇ ਵਿੱਚ ਆਪਣੀ ਆਪਣੀ ਐਜੂਕੇਸ਼ਨ ਹੁੰਦੀ ਹੈ, ਐਕਸਪਰਟ ਹੁੰਦੇ ਨੇ, ਤਾਂ ਉੱਥੇ ਕੀ ਇਹ ਚੱਲਦੀ, ਇਹ ਆਪਸ਼ਨ, ਇਹ ਪੈਸਾ ਉੱਥੇ ਵੀ ਕੰਮ ਆਉਂਦਾ ਕਿ ਸਿਰਫ ਕੈਨੇਡਾ ਦੇ ਵਿੱਚ ਹੀ ਉਹ ਖਰਚ ਸਕਦਾ? ਬਿਲਕੁਲ ਜੀ, ਬੜਾ ਵਧੀਆ ਕੁਐਸਚਨ ਹੈ। ਉਹਦੇ ਵਿੱਚ ਮੈਂ ਅਗਲਾ ਪੁਆਇੰਟ ਇਹੀ ਰੱਖਣ ਲੱਗਾ ਸੀਗਾ ਕਿ ਜਦੋਂ ਇਹ ਬੱਚਾ ਜੇ ਕਿਤੇ ਵੀ ਜਾ ਕੇ ਪੜ੍ਹਦਾ ਹੈ, ਤਾਂ ਉਦੋਂ ਜਿਹੜਾ ਸਾਡਾ ਖਰਚਾ ਹੈ ਜੇਕਰ ਐਡਮਿੰਟਨ 'ਚ ਪੜ੍ਹਦਾ ਤਾਂ ਅਪਰੋਕਸੀਮੇਟ ਡਬਲ ਹੋ ਜਾਂਦਾ ਹੈ, ਕਿਉਂਕਿ ਬੱਚੇ ਦਾ ਰਹਿਣ ਦਾ, ਖਾਣ ਦਾ, ਪੀਣ ਦਾ, ਕਿਰਾਏ ਦਾ, ਕਿਰਾਇਆ, ਰੈਂਟ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਬਹੁਤ ਕੋਸਟਲੀ ਹੋ ਜਾਂਦੀਆਂ ਨੇ। ਦੂਸਰਾ ਪੁਆਇੰਟ ਸੀਗਾ ਕਿ ਬੱਚਾ ਕਿਤੇ ਜਾ ਕੇ ਜਿਵੇਂ ਸਪੋਜ਼ ਕਿ USA ਜਾਂ ਇੰਡੀਆ ਜਾ ਕੇ ਪੜ੍ਹੇ, ਤਾਂ ਉੱਥੇ ਜਿਹੜਾ ਗੌਰਮੈਂਟ ਤੋਂ ਰੈਕੋਗਨਾਈਜ਼ ਜਿਹੜੀਆਂ ਯੂਨੀਵਰਸਿਟੀ ਜਾਂ ਕਾਲਜਿਸ ਨੇ ਉਹਨਾਂ ਦੀ ਇੱਕ ਲਿਸਟ ਹੁੰਦੀ ਆ, ਉਹਦੇ ਵਿੱਚ ਜਦੋਂ ਬੱਚਾ ਜਾਂਦਾ ਹੈ ਤਾਂ ਉਹਦੇ ਵਿੱਚ ਵੀ ਅਸੀਂ ਇਹ ਪੈਸੇ ਨੂੰ ਵਿਦਡਰੋਲ ਕਰਕੇ ਯੂਜ਼ ਕਰ ਸਕਦੇ ਹਾਂ। ਬਿਲਕੁਲ, ਇਹ ਪੈਸਾ ਸਿਰਫ ਪੜ੍ਹਾਈ ਦੇ ਲਈ ਯੂਜ਼ ਕੀਤਾ ਜਾ ਸਕਦਾ। RESP ਦੇ ਬਾਰੇ ਵਿੱਚ ਕੋਈ ਮਨ ਦੇ ਵਿੱਚ ਸਵਾਲ ਹੈਗਾ ਤੁਹਾਡੇ ਮਨ ਦੇ ਵਿੱਚ? ਕਿਉਂਕਿ ਕਈ ਚੀਜ਼ਾਂ ਹੁੰਦੀਆਂ ਨੇ, ਕਈ ਦਰਸ਼ਕਾਂ ਨੇ ਕਰਵਾਇਆ ਹੁੰਦਾ, ਉਹਨਾਂ ਨੂੰ ਸਮਝ ਆ ਜਾਂਦੀ ਹੈ, ਕਈਆਂ ਨੂੰ ਨਹੀਂ ਸਮਝ ਆਉਂਦੀ। ਇਹ ਇੱਕ ਵਧੀਆ ਪ੍ਰੋਗਰਾਮ ਹੈਗਾ, ਕੈਨੇਡਾ ਗੌਰਮੈਂਟ ਦੇ ਕਾਫੀ ਵਧੀਆ ਵਧੀਆ ਪ੍ਰੋਗਰਾਮ ਹੈ, ਕਈਆਂ ਨੂੰ ਨਹੀਂ ਵੀ ਪਤਾ ਹੁੰਦਾ, ਜਿਹੜੇ ਨਿਊਲੀ ਇਮੀਗ੍ਰੈਂਟ ਨੇ ਜਾਂ ਕਈਆਂ ਦਾ ਧਿਆਨ ਨਹੀਂ ਜਾਂਦਾ, ਉਹਨਾਂ ਨੂੰ ਕਿਸੇ ਨੇ ਗਾਈਡ ਨਹੀਂ ਕੀਤਾ ਹੋਇਆ, ਉਹਨਾਂ ਦੇ ਲਈ ਸਾਡੇ ਕੋਲ ਹਰਜਿੰਦਰ ਹੈਰੀ ਜੀ ਹਰ ਵੀਰਵਾਰ ਨੂੰ ਆਉਂਦੇ ਨੇ, ਤੁਹਾਨੂੰ ਜਿਹੜੀ ਜਾਣਕਾਰੀ ਦਿੰਦੇਗੇ, ਖਾਸ ਕਰਕੇ ਇੰਸ਼ੋਰੈਂਸ ਇੰਡਸਟਰੀ ਦੇ ਬਾਰੇ ਵਿੱਚ। ਤੁਸੀਂ ਇਹਨਾਂ ਤੋਂ ਕੋਈ ਸਵਾਲ ਕਰਨਾ ਚਾਹੁੰਦੇ ਹੋ, ਇਹਨਾਂ ਦਾ ਫੋਨ ਨੰਬਰ ਹੈ 780-980-9006-0000, ਤੇ ਇਹਨਾਂ ਨੂੰ ਕਾਲ ਕਰਕੇ ਇਹਨਾਂ ਦੇ ਨਾਲ ਕੰਟੈਕਟ ਕੀਤਾ ਜਾ ਸਕਦਾ, ਕੋਈ ਵੀ ਤੁਸੀਂ ਕੁਐਰੀ ਕਰ ਸਕਦੇ ਹੋ, ਅਗਰ ਤੁਸੀਂ RESP ਦੇ ਬਾਰੇ ਵਿੱਚ ਜਾਣਕਾਰੀ ਲੈ ਸਕਦੇ ਹੋ। ਅੱਛਾ, ਇੱਕ ਸਰ ਇੱਕ ਛੋਟਾ ਜਿਹਾ ਮਾਈਨਰ ਜਿਹਾ ਸਵਾਲ ਹੈ ਵੀ ਜਦੋਂ ਹੁਣ ਆਪਾਂ ਇੱਕ ਬੱਚਾ 18 ਸਾਲ ਦਾ ਹੋਇਆ, ਉਹਦਾ ਪੈਸਾ ਜੁੜ ਚੁੱਕਿਆ, ਉਹਦਾ ਜੋ ਵੀ ਅਪਰੋਕਸੀਮੇਟ ਪੈਸਾ ਜੁੜ ਚੁੱਕਿਆ, ਹੁਣ ਉਹਨੇ ਇੱਕ ਕਾਲਜ ਦੇ ਵਿੱਚ ਐਡਮਿਸ਼ਨ ਲੈਣੀ ਹੈ, ਉਹ ਜਿਹੜਾ ਪੈਸਾ ਹੈਗਾ ਉਹ ਡਾਇਰੈਕਟ ਕਾਲਜ ਕੋਲੇ ਡਿਪੋਜ਼ਿਟ ਹੋਏਗਾ ਜਾਂ ਬੱਚੇ ਦੇ ਅਕਾਊਂਟ ਦੇ ਵਿੱਚ ਆ ਕੇ ਫਿਰ ਕਾਲਜ ਦੇ ਵਿੱਚ ਡਿਪੋਜ਼ਿਟ ਹੋਏਗਾ, ਉਹਦੀ ਟ੍ਰਾਂਜੈਕਸ਼ਨ ਕਿੱਦਾਂ ਹੁੰਦੀ? ਓਕੇ, ਉਹਦੇ ਵਿੱਚ ਮੋਸਟਲੀ ਜਿਹੜੀਆਂ ਕੰਪਨੀ ਜਦੋਂ ਅਕਾਊਂਟ ਖੁੱਲ੍ਹਦਾ, ਤਾਂ ਉਹਦੇ ਵਿੱਚ ਮੋਸਟਲੀ ਜਦੋਂ ਬੱਚੇ ਦਾ ਸਮੈਸਟਰ ਹੁੰਦਾ ਹੈ ਪਹਿਲਾਂ ਜੀ, ਤਾਂ ਉਹਦੇ ਵਿੱਚ ਡਾਇਰੈਕਟ ਯੂਨੀਵਰਸਿਟੀ ਨੂੰ ਉਹ ਪੈਸਾ ਭੇਜਿਆ ਜਾਂਦਾ ਜੀ, ਡਾਇਰੈਕਟ ਯੂਨੀਵਰਸਿਟੀ ਡਾਇਰੈਕਟ। ਹਾਂ, ਜੇਕਰ ਬੱਚਾ ਨਹੀਂ ਪੜ੍ਹਨਾ ਚਾਹੁੰਦਾ ਤਾਂ ਫਿਰ ਉਹ ਪੈਸਾ ਪੇਰੈਂਟਸ ਨੂੰ ਮਿਲ ਜਾਂਦਾ। ਓਕੇ, ਲਾਸਟ ਸਟੇਜ ਤੇ ਵੀ ਤੁਸੀਂ ਐਜੂਕੇਸ਼ਨ ਤੋਂ ਡਿਨਾਈ ਵੀ ਪਲੱਸ ਟੂ ਹੋ ਗਈ ਬੱਚੇ ਦੀ, ਹੁਣ ਅੱਜ ਸੋਚਦਾ ਵੀ ਬੱਚੇ ਨੂੰ ਅਸੀਂ ਜਿਹੜੀ ਗ੍ਰੈਜੂਏਸ਼ਨ ਕਰਵਾਉਣੀ ਹੈ, ਪਲੱਸ ਟੂ ਖਤਮ ਹੋ ਗਈ, ਬੱਚਾ ਕਹਿੰਦਾ ਮੈਂ ਨਹੀਂ ਪੜ੍ਹਨਾ, ਲੇਕਿਨ ਜਿਹੜਾ ਬੱਚਾ ਉਹਨਾਂ ਨੇ ਪੈਸਾ ਸੇਵ ਕੀਤਾ ਹੋਇਆ ਉਹਨਾਂ ਪੈਸਾ ਉਹ ਵਾਪਸ ਲੈ ਸਕਦੇ ਨੇ, ਗਵਰਨਮੈਂਟ ਨੇ ਆਪਣੀ ਗ੍ਰਾਂਟ ਵਾਪਸ ਲੈਣੀ, ਪਰ ਉਹਦੇ ਤੇ ਗ੍ਰਾਂਟ ਤੇ ਤੁਹਾਡੇ ਪੈਸੇ ਜਿਹੜਾ ਵਿਆਜ ਲੱਗਿਆ ਉਹ ਵੀ ਤੁਹਾਨੂੰ ਮਿਲ ਜਾਏ, ਉਹ ਵੀ ਤੁਹਾਨੂੰ ਮਿਲ ਜਾਏ, ਕਿਉਂਕਿ ਤੁਸੀਂ ਪੈਸਾ ਹੋਲਡ ਕੀਤਾ ਇੰਨਾ ਚਿਰ ਦੇ ਵਿੱਚ। ਬਿਲਕੁਲ, ਬਹੁਤ ਵਧੀਆ ਇੱਕ ਸੇਵਿੰਗ ਹੈਗੀ ਹੈ। ਇਸ ਚੀਜ਼ ਦੇ ਬਾਰੇ ਵਿੱਚ ਮਨ ਦੇ ਵਿੱਚ ਕੋਈ ਸਵਾਲ ਹੈਗਾ ਤਾਂ ਜ਼ਰੂਰ ਤੁਸੀਂ ਸਾਡੇ ਨਾਲ ਹਰਜਿੰਦਰ ਹੈਰ ਜੀ ਜੁੜੇ ਹੋਏ ਨੇ, ਇਹਨਾਂ ਤੋਂ ਤੁਸੀਂ ਪੁੱਛ ਸਕਦੇ ਹੋ। ਤਾਂ ਹਰਜਿੰਦਰ ਜੀ, ਤੁਸੀਂ ਲਾਸਟ ਦੇ ਵਿੱਚ ਕੁਝ ਮੈਸੇਜ ਦੇ ਤੌਰ ਤੇ ਕਹਿਣਾ ਚਾਹੁੰਦੇ ਹੋ ਸਾਡੇ ਦਰਸ਼ਕਾਂ ਨੂੰ? ਹਾਂਜੀ, ਮੈਂ ਇਹਦੇ ਵਿੱਚ ਇਹੀ ਦੱਸਣਾ ਚਾਹੁੰਦਾ ਕਿ ਜਦੋਂ ਤੁਸੀਂ RESP ਪ੍ਰੋਗਰਾਮ ਖੋਲ੍ਹਣਾ ਹੈ ਕਿਸੇ ਵੀ ਇੰਸਟੀਟਿਊਸ਼ਨ ਦੇ ਨਾਲ ਖੋਲ੍ਹਦੇ ਹਾਂ ਤੁਸੀਂ, ਤਾਂ ਉਹਦੇ 'ਚ ਤੁਸੀਂ ਇਹ 4 ਚੀਜ਼ਾਂ ਦਾ ਦੁਬਾਰਾ ਮੈਂ ਫਿਰ ਦੱਸ ਰਿਹਾ ਧਿਆਨ ਰੱਖੋ ਕਿ ਤੁਹਾਡੇ ਬੱਚੇ ਦਾ ਜਿਹੜਾ ਅਕਾਊਂਟ ਖੁੱਲ੍ਹ ਰਿਹਾ ਉਹਦੀ ਕੋਈ ਫੀਸ ਤਾਂ ਨਹੀਂ ਲੱਗ ਰਹੇਗੀ ਅਤੇ ਉਹਨੂੰ ਵਿਆਜ ਚੰਗਾ ਮਿਲ ਰਿਹਾ ਹੈ, ਤਾਂ ਤੀਸਰਾ ਜਿਹੜੀ ਕੰਪਨੀ ਨਾਲ ਅਸੀਂ ਖੋਲ੍ਹ ਰਹੇ ਹਾਂ ਤਾਂ ਉਹਦੇ ਤੋਂ ਕੀ ਸਾਨੂੰ ਕੋਈ ਬੈਨੀਫਿਟ ਮਿਲ ਰਿਹਾ, ਤਾਂ ਮੈਂ ਦੱਸਣਾ ਚਾਹੁੰਦਾ ਕਿ ਅਸੀਂ 15% ਤੱਕ ਜਿਹੜਾ ਬੋਨਸ ਆ ਐਕਸਟਰਾ ਬੱਚੇ ਦਾ ਦਿੰਦੇ ਹਾਂ। ਅਤੇ ਇੱਕ ਮੈਂ ਹੋਰ ਦੱਸਣਾ ਚਾਹੁੰਦਾ ਕਿ ਜਿਹੜਾ ਅਕਾਊਂਟ ਹੈ ਇਹਦੇ ਬਾਰੇ ਤੁਸੀਂ ਕਿਸੇ ਤਰ੍ਹਾਂ ਦੀ ਕੋਈ ਜਾਣਕਾਰੀ ਲੈਣੀ ਆ ਤਾਂ ਸਾਡਾ ਜਿਹੜਾ ਫੀਮੇਲ ਸਟਾਫ ਆ ਤੁਹਾਨੂੰ ਘਰ ਆ ਕੇ ਇਸ ਦੀ ਪੂਰੀ ਜਾਣਕਾਰੀ ਦੇ ਸਕਦੇ ਨੇ ਕਿ ਕਿੱਦਾਂ ਤੁਸੀਂ ਅਕਾਊਂਟ ਖੋਲ੍ਹ ਸਕਦੇ ਆ। $25 ਤੋਂ ਤੁਸੀਂ ਬੱਚੇ ਦਾ ਅਕਾਊਂਟ ਖੋਲ੍ਹ ਸਕਦੇ ਆ ਜੇ ਤੁਹਾਡੇ ਘਰ 'ਚ 2 ਬੱਚੇ 3 ਬੱਚੇ ਆ, ਜ਼ਰੂਰੀ ਨਹੀਂ ਕਿ ਸਾਰਿਆਂ ਦਾ 200 ਹੀ ਜਮ੍ਹਾਂ ਕਰਾਉਣਾ ਵਾ,
ਤੁਸੀਂ 25-25 ਵੀ ਕਰ ਲਓ, ਕਿਸੇ ਦਾ 100 ਜਮ੍ਹਾਂ ਕਰ ਲਓ, ਕਿਸੇ ਦੇ 25 ਕਰ ਲਓ, ਤਾਂ ਬੱਚਿਆਂ ਦਾ ਸੇਵਿੰਗ ਅਕਾਊਂਟ ਜ਼ਰੂਰ ਖੋਲ੍ਹੋ, ਕਿਉਂਕਿ ਗੌਰਮੈਂਟ ਜਿਹੜੀ ਫ੍ਰੀ ਦੀ ਗ੍ਰਾਂਟ ਹੈ ਇਹ ਬੱਚੇ ਨੂੰ ਮਿਲ ਸਕੇ ਅਤੇ ਮਿਲਣੀ ਵੀ ਲੈਣੀ ਚਾਹੀਦੀ ਹੈ ਇਹਦੇ 'ਚ। ਬਹੁਤ ਬਹੁਤ ਧੰਨਵਾਦ ਹੈਰੀ ਜੀ, ਤੁਸੀਂ ਆਪਣਾ ਜਿਹੜਾ ਕੀਮਤੀ ਸਮਾਂ ਸਾਡੇ ਦਰਸ਼ਕਾਂ ਦਾ ਇੰਨੀ ਵਧੀਆ ਜਾਣਕਾਰੀ ਸਾਡੇ ਦਰਸ਼ਕਾਂ ਨਾਲ ਸ਼ੇਅਰ ਕਰਦੇ ਹਾਂ। ਦੋਸਤੋ, ਅੱਜ ਦੇ ਪ੍ਰੋਗਰਾਮ ਦਾ ਸਫਰਾਇਤੀ ਖਤਮ ਕਰਦੇ ਹਾਂ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੇ ਬਾਰੇ ਵਿੱਚ ਤੁਸੀਂ ਮਨ ਦੇ ਵਿੱਚ ਸਵਾਲ ਹੈਗਾ, ਕੋਈ ਲੈਣਾ ਚਾਹੁੰਦੇ ਹੋ ਜਾਂ ਫਿਰ ਤੁਸੀਂ ਕੋਈ ਕੁਐਰੀ ਕਰਨਾ ਚਾਹੁੰਦੇ ਹੋ, ਹਰਜਿੰਦਰ ਹੈਰੀ ਜੀ ਦਾ ਨੰਬਰ ਲਗਾਤਾਰ ਸਕਰੀਨ ਦੇ ਉੱਤੇ ਚੱਲ ਰਿਹਾ, ਹਰ ਵੀਰਵਾਰ ਨੂੰ ਸਾਡੇ ਨਾਲ ਜੁੜਦੇ ਨੇ, ਤੁਸੀਂ ਇਹਨਾਂ ਦੇ ਨਾਲ ਸਵਾਲ ਪੁੱਛ ਸਕਦੇ ਹੋ। ਹੁਣ ਆਪਣੇ ਹਨੀ ਵੈਲਿੰਦੋ ਇਜਾਜ਼ਤ, ਸਤਿ ਸ਼੍ਰੀ ਅਕਾਲ ਜੀ।